ज़बूर ज़ोन साम्स इन पंजाबी कॉन्टेक्स्ट दा नौवां एपिसोड आज असी ज़बूर 84 ते गौर करांगे एंड मैं थोड़े सारे दा शुक्र कर रही हूं जो तुसी समय करके सारे एपिसोड्स नु देखदे आ अपने कमेंट्स थोड़ा फीडबैक असी बहुत अप्रीशिएट करदे आ आज सारे विच आंटी ज्योति ते अंकल जोशुआ स्क्रिप्चर पढ़नगे ते पास्टर एरिक रिफ्लेक्शन करनगे एंड असी थोड़ा सारे नु इनवाइट करदे कि तुसी अपने सवाल अपने कमेंट्स सारे नाल कमेंट बॉक्स विच शेयर करो ਹੁਣ ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੁਆ ਸਾਨੂੰ ਦੁਆ ਵਿੱਚ ਲੈ ਕੇ ਜਾਣ ਉਹ ਅਸੀਂ ਦੁਆ ਕਰੀਏ ਤੇ ਆਪਣੇ ਆਪ ਨੂੰ ਸਵਾ ਦੇ ਹੱਥਾਂ ਦੇ ਸਪੁਰ ਕਰੀਏ ਖੁਦਾਵੰਦ ਤੇਰਾ ਸ਼ੁਕਰ ਕਰਦਾ ਦਿਨ ਭਰ ਦੀ ਹਿਫਾਜ਼ਤ ਨਿਗਰਬਾਨੀ ਦੇ ਲਈ ਖਾਸ ਤੌਰ ਤੇ ਸਮੇਂ ਦੇ ਲਈ ਖੁਦਾਵੰਦ ਜੋ ਤੂੰ ਸਾਡੀ ਜ਼ਿੰਦਗੀ 'ਚ ਦਿੱਤਾ ਕਿ ਅਸੀਂ ਤੇਰੇ ਕਲਾਮ ਨੂੰ ਪੜ੍ਹੀਏ ਤੇ ਤੇਰੇ ਖਾਦਮ ਦੇ ਜ਼ਰੀਏ ਉਸਨੂੰ ਸਿੱਖਣ ਵਾਲੇ ਹੋਈਏ ਤੇ ਆਪਣੀ ਜ਼ਿੰਦਗੀ ਚ ਲੈ ਕੇ ਚੱਲਣ ਵਾਲੇ ਹੋਈਏ ਤਮਾਮ ਸੁਣਨ ਵਾਲੇ ਭੈਣ ਭਾਈਆਂ ਦੇ ਵੀ ਨਾਲ ਹੋ ਤੇ ਉਹਨਾਂ ਨੂੰ ਵੀ ਖੁਦਾਵੰਦ ਤੋਂ ਜ਼ਿਆਦਾ ਆਪਣੇ ਇਸ ਕਲਾਮ ਨੂੰ ਸਮਝਣ ਦੇ ਲਈ ਸਮਝ ਅਕਲ ਤੇ ਬੁੱਧੀ ਗਿਆਨ ਦੇ ਤੋ ਆਪਣੇ ਖਾਦਮ ਦੇ ਨਾਲ ਖੁਦਾਵੰਦ ਜੋ ਕੁਛ ਵੀ ਉਹ 84 ਜ਼ਬੂਰ ਦੇ ਉੱਤੇ ਬੋਲਦੇ ਨੇ ਸਿਖਾਉਂਦੇ ਨੇ ਉਸਨੂੰ ਅਸੀਂ ਖੁਦਾਵੰਦ ਯਾਦ ਰੱਖਣ ਵਾਲੇ ਹੋਈਏ ਤੇ ਆਪਣੀ ਜ਼ਿੰਦਗੀ ਚ ਖੁਦਾਵੰਦ ਉਸਨੂੰ ਲੈ ਕੇ ਚੱਲਣ ਵਾਲੇ ਤੇਰੇ ਬੇਟੇ ਯਿਸੂ ਨਾਸਰੀ ਤੇ ਜਲਾਲੀ ਤੇ ਪਵਿੱਤਰ ਨਾਚ ਮੰਗਦੇ ਆ ਸੁਣ ਤੇ ਕਬੂਲ ਕਰ ਆਮੀਨ ਥੈਂਕ ਯੂ ਅੰਕਲ ਜੋਸ਼ੁਆ ਆਓ ਹੁਣ ਅਸੀਂ ਸਕ੍ਰਿਪਚਰ ਰੀਡਿੰਗ ਵਿੱਚ ਚਲਾਂਗੇ ਆਂਟੀ ਜੋਤੀ ਤੇ ਅੰਕਲ ਜੋਸ਼ੁਆ ਦੇ ਨਾਲ ਕੋਰ ਫੇਰ ਮੇਰੇ ਸਾਰੇ ਭੈਣ ਭਾਈਆਂ ਨੂੰ ਜੈਮਸੀ ਦੀ ਜਿੰਨੇ ਵੀ ਆਨਲਾਈਨ ਸਾਨੂੰ ਦੇਖ ਰਹੇ ਹਨ ਅੱਜ ਅਸੀਂ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਜ਼ਬੂਰ ਲੈ ਕੇ ਹਾਜ਼ਰ ਹੋਏ ਹਾਂ ਅੱਜ ਅਸੀਂ ਜ਼ਬੂਰ ਪੜਾਂਗੇ 84 ਇਸ ਵਿੱਚ ਕੋਰਾ ਨਵੀ ਦਾ ਇਹ ਗੀਤ ਹੈ ਇਸ ਵਿੱਚ ਪਰਮੇਸ਼ਵਰ ਦੇ ਘਰ ਦੀ ਤਾਂਗ ਵੀ ਉਹਨਾਂ ਨੇ ਬਿਆਨ ਕੀਤਾ ਹੈ ਔਰ ਮੈਂ ਥੋੜਾ ਜਿਹਾ ਇਸ ਵਾਰੀ ਕਹਿਣਾ ਚਾਹੂੰਗੀ ਕਿ ਜੋ ਬਾਈਬਲ ਸੋਸਾਇਟੀ ਆਫ ਇੰਡੀਆ ਦੀ ਹੋਲੀ ਬਾਈਬਲ ਉਹਨਾਂ ਨੇ ਜਿਹੜੀ ਪੰਜਾਬੀ ਵਿੱਚ ਛਾਪੀ ਹੈ ਉਸਦੇ ਵਿੱਚ ਜਿਹੜਾ ਭਜਨ 84 ਹੈ ਉਹ ਉਹਨਾਂ ਨੇ ਅਸਾਫ ਦਾ ਗੀਤ ਕਰਕੇ ਲਿਖਿਆ ਹੈ ਜਦੋਂ ਕਿ ਇਹ ਕੋਰਾ ਨਵੀ ਦਾ ਗੀਤ ਹੈ ਤੇ ਇਹਨਾਂ ਦੀ ਥੋੜੀ ਜਿਹੀ ਮਿਸਟੇਕ ਹੈ ਔਰ ਜਿਹਨਾਂ ਕੋਲ ਵੀ ਪੰਜਾਬੀ ਬਾਈਬਲ ਹੈ ਉਹ ਇਸਨੂੰ ਨੋਟ ਕਰਨ ਪਲੀਜ਼ ਹੁਣ ਅਸੀਂ 84 ਦੀ ਪਹਿਲੀ ਐਤ ਪੜਾਂਗੇ ਹੇ ਸੈਨਾਵਾਂ ਦੇ ਪ੍ਰਭੂ ਤੇਰਾ ਘਰ ਕਿੰਨਾ ਸੁੰਦਰ ਹੈ ਪ੍ਰਭੂ ਦੇ ਘਰ ਜਾਣ ਲਈ ਮੇਰੇ ਮਨ ਵਿੱਚ ਕਿੰਨੀ ਤਾਂਗ ਹੈ ਮੇਰੇ ਮਨ ਦੇ ਉਸੇ ਦਾ ਨਸ਼ਾ ਸਵਾਰ ਹੈ ਮੇਰਾ ਤਨ ਮਨ ਜਿਉਂਦੇ ਪਰਮੇਸ਼ਵਰ ਦੇ ਆਨੰਦਮਈ ਗੀਤ ਗਾਉਂਦਾ ਹੈ हे सेना दे यहोवा मेरे पातशाह अते मेरे परमेश्वर तेरियां जग वेदियां विच चिड़ी ने अपने घर लई अते बाल बाल कटारे ने अपने बोटां नूं रखण लई आलणा पाया है तेरे घर विच रहण वाले धन हन जो हमेशा तेरी जय जयकार करदे हन धन ओ आदमी है जिहदा बाल तेरी वल्लों है ਜਿਹਦੇ ਮਨ ਵਿੱਚ ਤੇਰੇ ਮਾਰਗ ਹਨ ਜਦੋਂ ਸੁੱਕੀ ਘਾਟੀ ਵਿੱਚੋਂ ਦੀ ਪਾਰ ਜਾਂਦੇ ਹਨ ਤਾਂ ਉਹ ਉਹਨਾਂ ਲਈ ਚਸ਼ਮਿਆਂ ਦਾ ਰੂਪ ਧਾਰ ਲੈਂਦੀ ਹੈ ਪਹਿਲ ਦਾ ਮੀਂਹ ਉੱਥੇ ਛੱਪੜ ਖੜੇ ਕਰ ਦਿੰਦਾ ਹੈ ਉਹ ਬਲ ਤੇ ਬਲ ਪਾਉਂਦੇ ਚਲੇ ਜਾਂਦੇ ਹਨ ਉਹਨਾਂ ਵਿੱਚੋਂ ਹਰੇਕ ਸੀਓਨ ਵਿੱਚ ਪਰਮੇਸ਼ਵਰ ਅੱਗੇ ਵਿਖਾਈ ਦਿੰਦਾ ਹੈ हे सेनावां दे प्रभु परमेश्वर मेरी प्रार्थना सुन हे याकूब दे परमेश्वर तू मेरे ते ध्यान कर हे साडी ढाल वेख हे परमेश्वर अपने मसीह दे मुखड़े वल ध्यान कर तेरे घर विच कट्टिया एक दिन दूजी थां ते कट्टे हजारां सालां तों वी चंगा है मैं दुष्ट दे घर विच रहण दी थां तेरे घर दे बूहे विच खड़ा होना चंगा समझदा हां ਯਹੋਵਾ ਪਰਮੇਸ਼ਵਰ ਇੱਕ ਸੂਰਜ ਤੇ ਇੱਕ ਢਾਲ ਹੈ ਯਹੋਵਾ ਦਇਆ ਅਤੇ ਤੇਜ ਦੇਵੇਗਾ ਉਸ ਦਿਹਾਈ ਵਿੱਚ ਚੱਲਣ ਵਾਲਿਆਂ ਕੋਈ ਚੰਗੀ ਚੀਜ਼ ਨਾ ਰੁਕੇਗਾ ਇਹ ਸੈਨਾਵਾਂ ਦੇ ਪ੍ਰਭੂ ਤੇਰੇ ਤੇ ਭਰੋਸਾ ਰੱਖਣ ਵਾਲਾ ਮਨੁੱਖ ਧਨ ਹੈ ਇਹ ਪ੍ਰਭੂ ਦਾ ਵਚਨ ਹੈ ਜੋ ਜਿਸਨੂੰ ਪੜ੍ਹੇ ਔਰ ਸੁਣੇ ਜਾਣ ਵਿੱਚ ਆਸ਼ੀਸ਼ ਤੇ ਬਰਕਤ ਮਿਲੇ ਆਮੀਨ ਆਮੀਨ Thank you, scripture reading lay. Hun as Pastor Eric Sarwana kalam de reflection te interpretation with jawange. Ji, bahut bahut shukriya Uncle Joshua, Jyoti aur Angel. Aaj de Zabur 84 aur Zabur 84 jehda ve India Pakistan de vich bada mashhoor te bada
कॉमन गाया जाने वाला जबूर है। कोई कलीसिया ऐसी नहीं होएगी जिन्हों जबूर 84 ना आता हो। और उदी एक वड्डी वजह जी मैनू समझ आती है मौसीकी दा तालब इलम होंदे आ वो ऐ वे कि जबूर 84 कंपोज किया गया वे राग मालकौंस च। और राग मालकौंस जिहड़ा वे वो 5 सुरां दा राग है। और इंडिक म्यूजिकोलॉजी जी इंडियन जो सा मौसीकी का जो इलम है उहदे विच वो एक ऐसे गभरू की और एक ऐसे स्वामी की तस्वीर है जिहड़ा किसी दरख्त थले बह के ते भजन कर रहा पूजा पाठ कर रहा और मैडीटेट कर रहा वे। सो दैट्स द कॉन्सैप्ट ऑफ राग मालकौंस की जी पिक्चराइजेशन है वह है वे। और इसलिए जबूर 84 मेरे ख्याल है जो जिन्होंने भी जबूर 84 म्यूजिकली कंपोज किया जो उन्होंने शायद उस राग का वह इमेज भी जहन च रखा वे कि एक मैडिटेशन का और डिवोशन का जबूर है। इसलिए मैं गुजारिश करांगा अंकल जोशवा कि वह जरा इस जबूर की जी पहली आए थे उन्होंने जरा साढ़े उन्होंने गा के दोबारा दोबारा उन्होंने पढ़ा। खुदावंद तू लश्करां दा खुदा है, खुदावंद तू लश्करां दा खुदा है, ठिकाना तेरा मैं चंगा, ठिकाना तेरा मैनू चंगा लगा है। थैंक यू वेरी मच अंकल जी, बहुत बहुत शुक्रिया। खुदावंद तू लश्करां दा खुदा है, ठिकाना तेरा मैनू चंगा लगा है। सो जिवें असां वेख्या वे कि जिहड़ा जबूरां जिहड़े साडा सैशन चल रहा है इहदे विच्चों असीं अज पहुंचे हाँ जबूर टैक्निकली असीं जबूर नंबर जबूरां दी किताब दी बुक नंबर 2 शुरू कीती होई सी और असीं उहदे पहुंच गए सां जबूर नंबर 49 ते। लेकिन असां गौर कीता कि जी जबूर नंबर 49 ते पहुंच के ते बनी कौरा तो बाद शुरू हो गया आसफ दा जबूर और हले बनी कौरा दे जद के 3 या 4 जबूर होर हले बाकी ने जिहड़े बुक नंबर 3 च ने। सो साडी टीम ने मशवरा कीता और डिसीजन असां लिया कि असी बजाए इहदे के असी बनी कौरा नूं फिर दोबारा शुरू करिए बुक नंबर 3 जाके, क्यों ना असी बनी कौरा दा जिहड़ा सैट है उहनूं ही असी इक वारी जिहड़ा वे उहनूं मका दईए क्योंकि ताकि फिर असी बाकी तरतीब दे मुताबिक चलांगे। सो इस लई असी जबूर 50 नूं 50वें जबूर नूं स्किप करके उहनूं छड के ते असी जबूर नंबर 84 ते आए हां। और इसे तरह अगले वीक दे विच असी 85 और फिर 86 नहीं करांगे, 86 दाऊद दा वे और 88 3 जबूर असीं जिहड़े ने उह दुबारा करांगे। दूजे नंबर ते मैं फिर एक वारी एंडोर्स करना चाहुंदा वां सिस्टर ज्योति ने जिहड़ी गल कीती है इंडियन बाइबल सोसाइटी नूं कि साडे कोल इंग्लिश दे तर्जमियां च वी उर्दू दे तर्जमियां च वी और पंजाबी दा जिहड़ा अंकल जोशवा कोल 1998 दा तर्जमा अंकल जी तुहाडे कोल हांजी तर्जमा जिहड़ा वे उहदे विच जबूर 84 दा जिहड़ा राइटर है उह बनी कौरा वे जदके जिहड़ा 2009 तुहाडे कोल सिस्टर ज्योति जिहड़ा वर्जन है 2009 ਦਾ ਜਿਹੜਾ ਵਰਜਨ ਹੈ ਇੰਡੀਅਨ ਬਾਈਬਲ ਸੈਟਨ ਦਾ ਛਾਪਿਆ ਵੇ ਉਹਦੇ ਵਿੱਚ ਇਹ ਜ਼ਬੂਰ ਨੂੰ ਆਸਫ ਦਾ ਜ਼ਬੂਰ ਕਿਹਾ ਗਿਆ ਵੇ ਜਿਹੜਾ ਕਿ ਮੇਰੇ ਖਿਆਲ ਦੇ ਵਿੱਚ ਕਲੈਰੀਕਲ ਜਾਂ ਫਿਰ ਪ੍ਰਿੰਟਿੰਗ ਮਿਸਟੇਕ ਹੈ। ਸੋ ਉਹਨੂੰ ਅਗਰ ਦਰੁਸਤ ਕਰ ਲਿਆ ਜਾਏ ਇਸ ਪ੍ਰੋਗਰਾਮ ਦੇ ਤਵੱਸਲ ਨਾਲ ਤੇ ਅਸੀਂ ਬਹੁਤ ਭਾਗੀ ਅੰਕਲ ਜੀ ਭਾਗੀ ਕਹੀਦਾ ਸ਼ੁਕਰਗੁਜ਼ਾਰ ਹੋਵਾਂਗੇ ਕੀ ਕਹੀਦਾ। ਹਾਂਜੀ ਸ਼ੁਕਰਗੁਜ਼ਾਰ ਧੰਨਵਾਦ ਉਹਨਾਂ ਦਾ ਤੁਹਾਨੂੰ ਧੰਨਵਾਦ ਹੋਵਾਂਗੇ ਹਾਂਜੀ ਪਾਕਿਸਤਾਨ ਬਾਈਬਲ ਸੋਸਾਇਟੀ ਦੇ ਵੀ ਤੇ ਬਾਕੀ ਲੋਕਾਂ ਦੇ ਵੀ ਧੰਨਵਾਦ ਹੋਵਾਂਗੇ ਕਿ ਉਹ ਪਾਕਿਸਤਾਨ ਬਾਈਬਲ ਸੋਸਾਇਟੀ ਮੈਂ ਕਹਿੰਦੇ ਮੈਂ ਇੰਡੀਅਨ ਬਾਈਬਲ ਸੋਸਾਇਟੀ ਜਿਹੜੀ ਹੈ ਤਾਂ ਕਿ ਉਹ ਇਹਨੂੰ ਠੀਕ ਕਰ ਲੈਣ। ਓਕੇ ਜੀ ਸੋ ਲੈਟਸ ਕਮ ਟੂ ਦਾ ਸੁਪਰ ਸਕ੍ਰਿਪਚਰ ਜਿਹੜਾ ਅੱਜ ਦਾ ਜਿਹੜਾ ਵੇ ਨਾ ਇਹਦਾ ਜਿਹੜਾ ਟਾਈਟਲ ਹੈ ਵੇਖੋ ਅਸੀਂ ਬਾਅਦ ਵਿੱਚ ਟਾਈਟਲ ਸਕਿਪ ਕਰ ਜਾਂਦੇ ਹਾਂ ਜਿੱਥੇ ਲਿਖਿਆ ਵੇ ਮੀਰ ਮੁਗੰਨੀ ਕਰੀਏ ਸਾਨੂੰ ਹੁਣ ਤੱਕ ਪਤਾ ਲੱਗ ਗਿਆ ਵੇ ਮੀਰ ਮੁਗੰਨੀ ਕੌਣ ਹੈ ਠੀਕ ਹੈ ਨਾ ਅਸਾਂ ਇੰਨੀ ਵਾਰੀ ਇਹ ਨਾਂ ਸੁਣਿਆ ਨੇ ਔਰ ਹੁਣ ਤੱਕ ਲੋਕਾਂ ਨੂੰ ਪਤਾ ਲੱਗ ਗਿਆ ਵੇ ਕਿ ਮੀਰ ਮੁਗੰਨੀ ਦਾ ਮਤਲਬ ਕੀ ਹੈ ਗੀਤੀਤ ਕੇ ਸੁਰ ਪਰ। ਇੰਟਰਸਟਿੰਗ ਜੀ ਸਾਡੇ ਇਸ ਪੂਰੀ ਤਰਤੀਬ ਦੇ ਵਿੱਚ ਜਿਹੜਾ ਗੀਤੀਤ ਦਾ ਸੁਰ ਹੈ ਉਹ ਪਹਿਲੀ ਵਾਰੀ ਆਇਆ ਵੇ ਅਸਾਂ ਅਲਾਮੌਤ ਸੁਰ ਤੇ ਗੱਲ ਕੀਤੀ ਹੈ ਅਸਾਂ ਸ਼ਿਮਨੀਤ ਤੇ ਸ਼ਾਇਦ ਗੱਲ ਕੀਤੀ ਹੈ ਲੇਕਿਨ ਅਲਾਮੌਤ ਤੇ ਮੈਨੂੰ ਪਤਾ ਹਾਂ ਕੀਤੀ ਹੈ ਲੇਕਿਨ ਗੀਤੀਤ ਦਾ ਸੁਰ ਪਹਿਲੀ ਵਾਰੀ ਆਇਆ ਵੇ। ਸੋ ਅਸੀਂ ਗੱਲ ਅਸੀਂ ਥੋੜ੍ਹੀ ਦੇਰ ਇਹਦੇ ਚ ਡਿਗ ਇਨ ਕਰਾਂਗੇ ਗੀਤੀਤ ਦੇ ਸੁਰ ਦਾ ਮਤਲਬ ਕੀ ਹੈ। ਬਨੀ ਕੌਰਾ ਦਾ ਮਜ਼ਮੂਰ ਸੋ ਔਥਰ ਬਨੀ ਕੌਰਾ ਜਿਹੜਾ ਪੋਇਟਿਕ ਜਾਨਰਾ ਵੇ ਦੈਟ ਇਜ਼ ਮਜ਼ਮੂਰ ਓਕੇ ਜ਼ਬੂਰ ਜਿਹੜਾ ਤਾਰਦਾਰ ਸਾਜ਼ਾ ਨਾਲ ਗਾਇਆ ਜਾਏ ਔਰ ਇਹ ਪਬਲਿਕ ਜਿਹੜਾ ਵੇ ਲਿਟਰਜੀਕਲ ਪਬਲਿਕ ਪਲੇਸ ਦੇ ਉੱਤੇ ਈਦਾਂ ਤੇ ਗਾਉਣ ਵਾਲਾ ਜ਼ਬੂਰ ਅਸੀਂ ਵੇਖਾਂਗੇ ਕਿਹੜੀ ਈਦ ਤੇ ਗਾਇਆ ਜਾਂਦਾ ਹੀ ਹੈ। ਔਰ ਗੀਤੀਤ ਦਾ ਸੁਰ ਕੀ ਹੈ ਜੀ ਜਿਹੜਾ
ਪੁਰਾਣੇ ਐਦਨਾਮੇ ਦਾ ਸਾਰ ਨਾਲੋਂ ਪਹਿਲਾ ਤਰਜਮਾ ਹੋਇਆ ਸੀ ਉਹ ਸੀ ਖੁਦਾਵੰਦ ਯਿਸੂ ਮਸੀਹ ਦੀ ਪੈਦਾਇਸ਼ ਤੋਂ ਵੀ 200 ਸਾਲ ਪਹਿਲਾਂ ਹੋਇਆ ਅਲੈਗਜ਼ੈਂਡਰੀਆ ਦੇ ਮਕਾਮ ਤੇ ਜਿਹਨੂੰ ਸੈਪਟੂਆਜੈਂਟ ਕਿਹਾ ਜਾਂਦਾ ਵਿਆ ਠੀਕ ਹੈ ਸੈਪਟੂਆਜੈਂਟ ਜਿਹੜਾ ਸੀ ਉਹ ਉਹਨਾਂ ਯਹੂਦੀਆਂ ਵਾਸਤੇ ਤਰਜਮਾ ਕੀਤਾ ਗਿਆ ਜਿਹੜੇ ਮਿਸਰ ਔਰ ਅਲੈਗਜ਼ੈਂਡਰੀਆ ਔਰ ਉਸ ਪਾਸੇ ਰਹਿੰਦੇ ਹਨ ਔਰ ਯੂਨਾਨੀ ਜ਼ਬਾਨ ਬੋਲਦੇ ਹਨ ਠੀਕ ਹੈ ਜੀ ਸੋ ਇਹਦਾ ਮਤਲਬ ਹੈ ਕਿ ਖੁਦਾਵੰਦ ਯਿਸੂ ਮਸੀਹ ਤੋਂ ਪਹਿਲਾਂ ਪੁਰਾਣੇ ਐਦਨਾਮੇ ਦਾ ਯੂਨਾਨੀ ਜ਼ਬਾਨ ਵਿੱਚ ਤਰਜਮਾ ਕੀ ਸੀ ਹੋ ਚੁੱਕਿਆ ਸੀ 70 ਬਜ਼ੁਰਗ ਸੈਪਟੂਆਜੈਂਟ ਕਿਉਂ ਕਿਹਾ ਜਾਂਦਾ ਵੇ 70 ਬਜ਼ੁਰਗ ਔਰ ਅਸਾਂ ਪਿਛਲੇ ਐਪੀਸੋਡ ਦੇ ਵਿੱਚ ਗੱਲ ਸਿੱਖੀ ਸੀ ਕਿ ਜਿਹੜੀ ਸੰਹੇਡਰਨ ਸੀ ਜਿਹੜੀ ਸਦਰੇ ਅਦਾਲਤ ਬਣੀ ਸੀ ਯਹੂਦੀਆਂ ਦੀ ਜਿਹਨਾਂ ਯਿਸੂ ਮਸੀਹ ਤੇ ਮੁਕੱਦਮਾ ਚਲਾਇਆ ਸੀ ਔਰ ਜਿਹੜੀ ਸਾਰ ਨਾਲ ਵੱਡੀ ਸੁਪਰੀਮ ਕੋਰਟ ਸੀ ਰਿਲੀਜੀਅਸ ਉਹਦਾ ਕਨਸੈਪਟ ਅਸੀਂ ਪਿਛਲੇ ਦਿਨ ਸਿੱਖਿਆ ਸੀ ਕਿੱਥੋਂ ਆਇਆ ਸੀ ਜਦੋਂ ਮੂਸਾ ਨੂੰ ਸ਼ਰੀਅਤ ਦਿੱਤੀ ਗਈ ਸੀ ਤੇ 70 ਬਜ਼ੁਰਗ ਮੂਸਾ ਦੇ ਨਾਲ ਜਾ ਕੇ ਕਿੱਥੇ ਬੈਠੇ ਸਨ ਖੁਦਾ ਦੇ ਨਾਲ ਪਾੜ ਦਿੱਤੇ ਜਾ ਕੇ ਉੱਥੋਂ 70 ਦਾ ਨੰਬਰ ਇੰਨਾ ਸੋ ਗਤੀਤ ਦਾ ਸੁਰੜਾ ਵੇ ਸੋ ਜਿਹੜਾ ਸੈਪਟੂਆਜੈਂਟ ਯਾਨੀ ਕਿ ਜਿਹੜਾ ਗ੍ਰੀਕ ਲੈਂਗੁਏਜ ਦਾ ਤਰਜਮਾ ਵੇ 200 ਸਾਲ ਪਹਿਲਾਂ ਯਿਸੂ ਮਸੀਹ ਦੀ ਪੈਦਾਇਸ਼ ਤੋਂ ਵੀ ਹੋਇਆ ਉਹਦੇ ਵਿੱਚ ਜਿਹੜਾ ਗਤੀਤ ਏ ਇਹਨੂੰ ਅਸਲ ਦੇ ਵਿੱਚ ਜਿਹੜਾ ਤਰਜਮਾ ਕੀਤਾ ਗਿਆ ਵੇ ਉਹ ਵੇ ਅੰਗੂਰਾਂ ਦਾ ਹੌਜ਼ ਯਾਨੀ ਮੈਂ ਜਿੱਥੇ ਖਲੋ ਕੇ ਤੇ ਮੈਂ ਜਾਂ ਕੋਹਲੂ ਜਿਹੜਾ ਹੁੰਦਾ ਸੀ ਨਾ ਔਰ ਐਸਾ ਕੋਹਲੂ ਤੁਹਾਨੂੰ ਪਤਾ ਵੇ ਪਿੰਡਾਂ ਥਾਵਾਂ ਸਾਡੇ ਇੰਡੀਆ ਪੰਜਾਬ ਦੇ ਵਿੱਚ ਵੀ ਤੁਸੀਂ ਕੋਹਲੂ ਵੇਖਿਆ ਹੋਣਾ ਕੋਹਲੂ ਦਾ ਬੈਲ ਸਾਡੇ ਸਾਹਮਣੇ ਮੁਹਾਵਰਾ ਵੀ ਹੈ ਬਿਲਕੁਲ ਠੀਕ ਹੈ ਨਾ ਕੋਹਲੂ ਹੁੰਦਾ ਵੇ ਜਿੱਥੇ ਤੇਲ ਕੱਢਿਆ ਜਾਂਦਾ ਹੈ ਮੈਂ ਵੇਖੇ ਨੇ ਕੋਹਲੂ ਪੰਜਾਬ ਦੇ ਵਿੱਚ ਤੇ ਜਿੱਥੇ ਕਦੇ ਕਿਸੇ ਨਾਲ ਹੀ ਜਾਈਦਾ ਨਾ ਜਦੋਂ ਕਰਾਚੀ ਤੋਂ ਜਾਈਦਾ ਸੀ ਪੰਜਾਬ ਪਸਰੂਰ ਵੱਲ ਨਾਰਵਲ ਮੇਰੇ ਨਾਨਕੇ ਮੇਰੇ ਨਾਨੀ ਨੇ ਦਾਨੇ ਨੇ ਕਦੇ ਕਦੇ ਘਲਣਾ ਕਰਨਾ ਕਿ ਜਾ ਵੇਦਰਾ ਕੋਹਲੂ ਤੋਂ ਨਾ ਖਾਲਸ ਸਰੋਂ ਦਾ ਤੇਲ ਲੈ ਕੇ ਆ ਠੀਕ ਹੈ ਨਾ ਅੱਛਾ ਉੱਥੇ ਮੁਖਤਲਿਫ ਤੇਲ ਹੁੰਦੇ ਬਦਾਮ ਦਾ ਵੀ ਹਰ ਤਰ੍ਹਾਂ ਦਾ ਤੇਲ ਹੁੰਦਾ ਸੀ ਤੇ ਕੋਹਲੂ ਕੀ ਹੁੰਦਾ ਇੱਕ ਵੱਡਾ ਹਰਾ ਇੱਕ ਨਾ ਲੱਗਾ ਹੁੰਦਾ ਸੀ ਦਰਮਿਆਨ ਦੇ ਵਿੱਚ ਛੋਟਾ ਜਿਹਾ ਨਾ ਇੱਕ ਖੂਹ ਬਣਿਆ ਹੁੰਦਾ ਸੀ ਔਰ ਉਹਦੇ ਵਿੱਚ ਇੱਕ ਏਡੀ ਵੱਡੀ ਮਤੈਰ ਵੱਡੀ ਹਰਾ ਲੱਕੜੀ ਜੀ ਪਈ ਹੁੰਦੀ ਔਰ ਉਸ ਉਹਦੇ ਨਾਲ ਨਾ ਇੱਕ ਬੈਲ ਬਣਿਆ ਹੁੰਦਾ ਸੀ ਉਹ ਬੈਲ ਦੀਆਂ ਅੱਖਾਂ ਵੀ ਬੰਦ ਹੁੰਦੀਆਂ ਹਨ ਤੇ ਮੂੰਹ ਤੇ ਛਿੱਕੂ ਚੜਿਆ ਹੁੰਦਾ ਸੀ ਠੀਕ ਹੈ ਔਰ ਉਹ ਬੈਲ ਜਿਹੜਾ ਸੀ ਨਾ ਸਾਰਾ ਦਿਨ ਘੁੰਮਦਾ ਸੀ ਤੇ ਫਿਰ ਉਹ ਜਿਹੜਾ ਵਿੱਚ ਹਰਾ ਵੱਡਾ ਹਰਾ ਜਿਹੜੀ ਪਈ ਹੁੰਦੀ ਸੀ ਨਾ ਲੱਕੜੀ ਜੀ ਉਹਦੇ ਵਿੱਚ ਉਹਨਾਂ ਜਿਹੜੀ ਸ਼ਾਰਾ ਤੇਲ ਕੱਢਣਾ ਹੁੰਦਾ ਸੀ ਨਾ ਉਹਨੂੰ ਪਾਕ ਤੋਂ ਫਿਰ ਉਹ ਚ ਘੁੰਮਦਾ ਸੀ ਤੇ ਉਹ ਫਿਰ ਉਹਨੂੰ ਪੀਸ ਦਿੰਦਾ ਸੀ ਔਰ ਉਹ ਚ ਬੈਲ ਤੇਲ ਨਿਕਲਦਾ ਇਹ ਸਾਡੇ ਇੰਡੀਆ ਪਾਕਿਸਤਾਨ ਦੇ ਵਿੱਚ ਤੇਲ ਇੰਜ ਕੱਢਦੇ ਹਾਂ ਠੀਕ ਹੈ ਅੱਛਾ ਲੇਕਿਨ ਪੈਲਸਟੀਨ ਦੇ ਏਰੀਆ ਦੇ ਵਿੱਚ ਫਲਸਤੀਨ ਦੇ ਵਿੱਚ ਕਿਉਂਕਿ ਅੰਗੂਰ ਜਿਹੜੇ ਨੇ ਉਹ ਉੱਥੋਂ ਦੀ ਬੜੀ ਵੱਡੀ ਫਸਲ ਹੈ ਔਰ ਉੱਥੋਂ ਦੀ ਇੰਪੋਰਟੈਂਟ ਜਿਹੜੀ ਹੈ ਐਗਰੀਕਲਚਰ ਹੈ ਉੱਥੇ ਜਦੋਂ ਅੰਗੂਰਾਂ ਦਾ ਰਸ ਜਾਂ ਜਦੋਂ ਮੈਂ ਕੱਢੀ ਜਾਂਦੀ ਸੀ ਤੇ ਉਹ ਕੋਹਲੂ ਬੜਾ ਵੱਡਾ ਕੋਹਲੂ ਨਹੀਂ ਹੁੰਦਾ ਉਹ ਹੌਜ਼ ਹੁੰਦਾ ਸੀ ਛੋਟਾ ਇਹੋ ਜਿਹਾ ਹੌਜ਼ ਜਿਵੇਂ ਗੰਨੇ ਦਾ ਰਸ ਨਹੀਂ ਕੱਢੀਦਾ ਸਾਡੇ ਕੰਟੈਕਸਟ ਦੇ ਵਿੱਚ ਵੱਡਾ ਹੜਾ ਕੜਾਹ ਹੁੰਦਾ ਵੇ ਔਰ ਗੰਨੇ ਦੇ ਵਿੱਚੋਂ ਰਸ ਕੱਢ ਕੱਢ ਕਰ ਪਾਇਆ ਜਾਂਦਾ ਵੇ ਸਾਫ਼ ਕਰਕੇ ਤੇ ਫਿਰ ਉਹਦਾ ਕੋਈ ਗੁੜ ਬਣਾਇਆ ਜਾਂਦਾ ਲੇਕਿਨ ਉੱਥੇ ਵੱਡਾ ਹਰਾ ਪਿੰਡਾਂ ਥਾਵਾਂ ਦੇ ਵਿੱਚ ਪੈਲਸਟਾਈਨ ਦੇ ਵਿੱਚ ਜਿਹੜਾ ਸੀ ਉੱਥੇ ਵੱਡਾ ਹਰਾ ਹੌਜ਼ ਹੁੰਦਾ ਸੀ ਔਰ ਜਿੰਨੇ ਅੰਗੂਰ ਲਿਆਏ ਜਾਂਦੇ ਹਨ ਨਾ ਉਹ ਸਾਰੇ ਅੰਗੂਰ ਉਹਦੇ ਵਿੱਚ ਸੁੱਟਦੇ ਜਾਂਦੇ ਹਨ ਉਹਦੇ ਬਾਅਦ ਉਸ ਅੰਗੂਰਾਂ ਦੇ ਉੱਤੇ ਫਿਰ ਜਿਹੜਾ ਸੀ ਨਾ ਜਿਹਨਾਂ ਬੰਦਿਆਂ ਦੀ ਡਿਊਟੀ ਹੁੰਦੀ ਸੀ ਜਾਂ ਜਿਹਨਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਨਾ ਉਹ ਫਿਰ ਅੰਗੂਰਾਂ ਨੂੰ ਪੈਰਾਂ ਦੇ ਨਾਲ ਲਤਾੜਦੇ ਹਨ ਠੀਕ ਹੈ ਜਦੋਂ ਪੈਰਾਂ ਦੇ ਨਾਲ ਲਤਾੜਦੇ ਹਨ ਤੇ ਓਬਵੀਅਸਲੀ ਗੱਲ ਹੈ ਅੰਗੂਰਾਂ ਦਾ ਜਿਹੜੇ ਸੁਰਖ ਅੰਗੂਰ ਹੁੰਦੇ ਹਨ ਉਹਨਾਂ ਦਾ ਰੰਗ ਜਿਹੜਾ ਨਿਕਲਦਾ ਸੀ ਰੈਡ ਅੰਗੂਰਾਂ ਦਾ ਉਹ ਸੁਰਖ ਇੰਜ ਹੁੰਦਾ ਸੀ ਜਿਵੇਂ ਬਲੱਡ ਵਗਦਾ ਪਿਆ ਜਿਵੇਂ ਜਿਵੇਂ ਕੋਈ ਨਹਿਰ ਨਿਕਲੀ ਹੈ ਜਿਵੇਂ ਖੂਨ ਦੀ ਲਹਿਰ ਨਿਕਲੀ ਹੋਈ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਜਿਹੜਾ ਅੰਗੂਰ ਜਿਹੜਾ ਸੀ ਨਾ ਉਹਨਾਂ ਨੂੰ ਪ੍ਰੈਸ ਕਰਨ ਵਾਲੇ ਲੋਕ ਔਰ ਉਹਨਾਂ ਨੂੰ ਪੈਰਾਂ ਦੇ ਨਾਲ ਰੌਂਦਣ ਵਾਲੇ ਲੋਕ ਜਿਹੜੇ ਹੁੰਦੇ ਹਨ ਦੇ ਵਰ ਪ੍ਰੋਫੈਸ਼ਨਲ ਲੋਕ ਜਿਹਨਾਂ ਨੂੰ ਹਾਇਰ ਕੀਤਾ ਜਾਂਦਾ ਸੀ ਕਿ ਉਹ ਪ੍ਰੋਫੈਸ਼ਨਲੀ ਜਿਹੜੀ ਉਹ ਮੈਂ ਜਦੋਂ ਅੰਗੂਰਾਂ ਦੀ ਕੱਢਣਗੇ ਉਦੋਂ ਮਸ਼ੀਨਾਂ ਤਾਂ ਨਹੀਂ ਹੁੰਦੀਆਂ ਠੀਕ ਹੈ ਉਦੋਂ ਇੰਜ ਜਿਹੜਾ ਹਿਊਮਨ ਮਸ਼ੀਨ ਹੁੰਦੀ ਸੀ ਉਹਦੇ ਜ਼ਰੀਏ ਅੰਗੂਰਾਂ ਦੀ ਮੈਂ ਜਿਹੜੀ ਸੀ ਉਹ ਤਿਆਰ ਕੀਤੀ ਜਾਂਦੀ ਸੀ ਉਹਦਾ ਰਸ ਕੱਢਿਆ ਜਾਂਦਾ ਸੀ ਸੋ ਸੈਪਟੂਆਜੈਂਟ ਨੇ ਕਿਹਾ ਵੇ ਜੀ ਗਤੀਤ ਦਾ ਮਤਲਬ ਏ ਕਿ ਜਿੱਥੇ ਵਾਈਨ ਪ੍ਰੈਸ ਕੀਤੀ ਜਾਂਦੀ ਹੈ ਨਾ ਉਹ ਜਗ੍ਹਾ ਠੀਕ ਹੈ ਪਹਿਲਾ ਮਤਲਬ ਹੈ ਵੇ ਦੂਸਰਾ ਇਹਦਾ ਮਤਲਬ ਜਿਹੜਾ 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 ਰਬੈਨਿਕਲ ਟ੍ਰੈਡੀਸ਼ਨ ਬਿਆਨ ਕਰਦਾ ਵੇ ਉਹ ਵੇ ਜੀ ਕਿ ਜਾਤ ਤੋਂ ਜਿੱਥੋਂ ਲਫ਼ਜ਼ ਜਾਤ ਨਿਕਲਿਆ ਵੇ ਨਾ ਇਹ ਇੱਕ ਪਿੰਡ ਸੀ ਇੱਕ ਜਗ੍ਹਾ ਸੀ ਜਿੱਥੋਂ ਦਾ ਮਿਊਜ਼ੀਕਲ ਇੰਸਟਰੂਮੈਂਟ ਬੜਾ ਮਸ਼ਹੂਰ ਸੀ ਸਾਡੇ ਇੰਡੀਆ ਪਾਕਿਸਤਾਨ ਦੇ ਵਿੱਚ ਅੰਕਲ ਜੀ ਸਾਰ ਨਾਲ ਅੱਛੇ ਵਾਜੇ ਤਬਲੇ ਕਿੱਥੇ ਬਣਦੇ ਨੇ ਸਾਡੇ ਇੱਕ ਅੰਮ੍ਰਿਤਸਰ ਵੀ ਬਣਦੇ ਨੇ ਠੀਕ ਹੈ ਸਿਤਾਰ ਕਿੱਥੋਂ ਦੇ ਮਸ਼ਹੂਰ ਨੇ ਮੇਰਾ ਪੱਕਾ ਨਹੀਂ ਹੁੰਦਾ ਜਾਂ ਜਲੰਧਰ ਹੋ ਸਕਦਾ ਜਾਂ ਓਕੇ ਯਾਨੀ ਕੋਈ ਵੀ ਇਲਾਕਾ ਵੇ ਚਲੋ ਸਾਨੂੰ ਇਹਨਾਂ ਦੇ ਪਤਾ ਕਿ ਅੰਮ੍ਰਿਤਸਰ ਦੇ ਵਾਜੇ ਬੜੇ ਮਸ਼ਹੂਰ ਹੈ ਜਿਵੇਂ ਸਾਡੇ ਕਰਾਚੀ ਦੇ ਵਿੱਚ ਵੀ ਜਾਂ ਪਾਕਿਸਤਾਨ ਦੇ ਵਿੱਚ ਵੀ ਆਉਂਦੇ ਨੇ ਜੇ ਅਗਰ ਤੁਹਾਨੂੰ ਤਬਲਾ ਬਣਵਾਉਣਾ ਹੋਏ ਜਾਂ ਕੋਈ ਵਾਜੇ ਲੈਣੇ ਹੋਣ ਤੇ ਉਹ ਗੁਜਰਾਂਵਾਲੇ ਦੇ ਵਿੱਚ ਬੜਾ ਮਸ਼ਹੂਰ ਰਵੇ ਨਾ ਇੱਕ ਉੱਥੋਂ ਦੀ ਮਿਊਜ਼ਿਕ ਸ਼ਾਪ ਹੈ ਜਿੱਥੋਂ ਤੁਹਾਨੂੰ ਜਰਮਨ ਰੀਡ ਦੇ ਵਾਜੇ ਮਿਲਣਗੇ ਠੀਕ ਹੈ ਐਂਜੀ ਲਾਹੌਰ ਦੇ ਵਿੱਚ ਜਦੋਂ ਫਿਲਮ ਇੰਡਸਟਰੀ ਉੱਥੇ ਸੀ
ਸੋ ਇੰਝ ਹੀ ਅਸੀਂ ਗੱਲ ਕਰਨਾ ਕਿ ਜਿੱਥੇ ਫਿਲਮ ਇੰਡਸਟਰੀ ਹੋਏਗੀ, ਜਿੱਥੇ ਆਰਟ ਇੰਡਸਟਰੀ ਹੋਏਗੀ, ਉੱਥੋਂ ਦੇ ਸਜਿੰਦੇ ਬੜੇ ਮਸ਼ਹੂਰ ਹੋਣਗੇ, ਉੱਥੋਂ ਦੇ ਸਾਜ਼ ਬਣਾਉਣ ਵਾਲੇ ਵਜਾਉਣ ਵਾਲੇ ਬੜੇ ਮਸ਼ਹੂਰ ਹੋਣਗੇ। ਸਾਡੇ ਕਰਾਚੀ ਦੇ ਵਿੱਚ ਲੀ ਮਾਰਕੀਟ ਬੜਾ ਮਸ਼ਹੂਰ ਏਰੀਆ ਸੀ, ਕਿਉਂਕਿ ਜਿਹੜਾ ਲੀ ਮਾਰਕੀਟ ਸੀ ਉੱਥੇ ਸਾਰੇ ਆਰਟਿਸਟ ਔਰ ਜਿੰਨੇ ਗਾਣ ਵਜਾਉਣ ਵਾਲੇ ਔਰ ਨੱਚਣ ਵਾਲੇ ਔਰ ਜਿਹੜਾ ਜਿਹਨੂੰ ਰੈੱਡ ਲਾਈਟ ਏਰੀਆ ਕਿਹਾ ਜਾਂਦਾ ਨਾ, ਕਿਸੇ ਦੌਰ ਦੇ ਵਿੱਚ ਲੀ ਮਾਰਕੀਟ ਜਿਹੜਾ ਸੀ ਉੱਥੇ ਬਾਜ਼ਾਰ ਹੁੰਦਾ ਸੀ ਔਰ ਉੱਥੇ ਸਾਰੇ ਆਰਟਿਸਟ ਵੀ ਸਾਰੇ ਇਕੱਠੇ ਹੁੰਦੇ ਹਨ। ਸੋ ਕਹਿਣ ਦਾ ਮਕਸਦ ਐਵੇ ਕਿ ਜਾਤ ਜਿਹੜਾ ਸੀ ਇਹ ਇੱਕ ਇਲਾਕਾ ਸੀ ਔਰ ਜਿੱਥੋਂ ਦਾ ਮਿਊਜ਼ਿਕ ਸਾਜ਼ ਇੱਕ ਬੜਾ ਮਸ਼ਹੂਰ ਸੀ। ਤੁਹਾਨੂੰ ਯਾਦ ਹੋਏਗਾ ਜਿਹੜੇ ਬੰਦੇ ਨੂੰ ਦਾਊਦ ਨੇ ਮਾਰਿਆ ਸੀ, ਜਿਹੜੇ ਦੇ ਹੈ ਉਹ ਕਿੱਥੋਂ ਦਾ ਰਹਿਣ ਵਾਲਾ ਸੀ? ਜਾਤ ਦਾ। ਇਸ ਲਈ ਉਹਨੂੰ ਜਾਤੀ ਜੂਲੀਅਤ ਕਿਹਾ ਗਿਆ ਸੀ, ਉਹਦਾ ਨਾਂ ਜੁਲੇਤ ਸੀ, ਲੇਕਿਨ ਉਹ ਕਿੱਥੋਂ ਦਾ ਰਹਿਣ ਵਾਲਾ ਸੀ? ਜਾਤ ਦਾ। ਇਸੇ ਤਰੀਕੇ ਦੇ ਨਾਲ ਉਬੇਦ ਦੂਮ, ਜਿਹਦੇ ਘਰ ਅਹਿਦ ਦਾ ਸੰਦੂਕ ਰੱਖਿਆ ਗਿਆ ਦਾਊਦ ਜਦੋਂ ਪਹਿਲੀ ਵਾਰੀ ਲੈ ਕੇ ਆਇਆ ਵੇ, ਤੇ ਉਹਦਾ ਉਹ ਵੀ ਜਾਤ ਦਾ ਰਹਿਣ ਵਾਲਾ ਸੀ। ਸੋ ਦੋ ਆਪਸ਼ਨ ਨੇ ਇਸ ਗਤੀਤ ਦੇ ਬਾਰੇ ਚ। ਪਹਿਲਾ ਆਪਸ਼ਨ ਕੀ ਹੈ ਜੀ? ਕਿ ਕੋਲੂ ਜਾਂ ਵਾਈਨ ਪ੍ਰੈਸ, ਜਿੱਥੇ ਅੰਗੂਰ ਰੋਂਦੇ ਜਾਂਦੇ ਨੇ। ਔਰ ਦੂਸਰਾ ਆਪਸ਼ਨ ਕੀ ਹੈ? ਕਿ ਜਾਤ ਇੱਕ ਐਸੀ ਜਗ੍ਹਾ ਜਿੱਥੋਂ ਦੇ ਸਾਜ਼ ਮੌਸੀਕੀ ਦੇ ਕੀ ਸਨ? ਬੜੇ ਬੜੇ ਮਸ਼ਹੂਰ ਸਨ। ਅੱਛਾ, ਮੇਰਾ ਪਰਸਨਲੀ ਜਿਹੜਾ ਵੇ ਨਾ ਮਿਊਜ਼ੀਸ਼ੀਅਨ ਹੁੰਦਿਆਂ ਆ, ਮੈਂ ਜ਼ਿਆਦਾ ਇਨਕਲਾਈਨ ਮੇਰਾ ਹੈ ਵੇ ਕਿ ਸ਼ਾਇਦ ਚੂੰਕਿ ਗੀਤੀਤ ਦਾ ਸੋਹਰੇ, ਇਹਦਾ ਮਤਲਬ ਹੈ ਵੇ ਕਿ ਮੈਨੂੰ ਇਹ ਲੱਗਦਾ ਵੇ ਕਿ ਜਿਵੇਂ ਜਿਹੜੇ ਇਲਾਕੇ ਦਾ ਮੌਸੀਕੀ ਦਾ ਸਾਜ਼ ਬੜਾ ਮਸ਼ਹੂਰ ਸੀ ਨਾ, ਉਹਦਾ ਨੋਟ ਕਿਹਾ ਗਿਆ। ਜਿਵੇਂ ਅਸੀਂ ਕਹਿੰਦੇ ਪੰਜਾਬ ਘਰਾਣੇ ਦਾ ਤਬਲਾ ਬੜਾ ਮਸ਼ਹੂਰ ਹੈ ਜੀ, ਵੇਖੋ ਨਾ ਸਾਡੇ ਇੰਡੀਆ ਦੇ ਵਿੱਚ ਜ਼ਾਕਿਰ ਹੁਸੈਨ ਪੰਜਾਬ ਘਰਾਣੇ ਦਾ, ਸਾਡੇ ਪਾਕਿਸਤਾਨ ਤੋਂ ਤਾਰੀ ਖਾਨ ਸਾਹਿਬ ਉਹ ਪੰਜਾਬ ਘਰਾਣੇ ਦਾ ਤਬਲਾ ਨਵਾਜ਼, ਔਰ ਇੰਡੀਆ ਦੇ ਵਿੱਚੋਂ ਤਬਲਾ ਨਵਾਜ਼ ਦੋ ਹੀ ਟੋਪ ਕਲਾਸ ਨੇ, ਇੱਕ ਪਾਕਿਸਤਾਨ ਤੋਂ ਇੱਕ ਇੰਡੀਆ, ਦੋ ਹੀ ਪੰਜਾਬ ਘਰਾਣੇ ਦੇ। ਠੀਕ ਹੈ, ਇਸ ਤਰੀਕੇ ਦੇ ਨਾਲ ਅਸੀਂ ਜਦੋਂ ਸਿਤਾਰ ਨਵਾਜ਼ੀ ਦੀ ਗੱਲ ਕਰਨੇ ਆ, ਜਦੋਂ ਅਸੀਂ ਗਾਇਕੀ ਦੀ ਗੱਲ ਕਰਨੇ, ਕਹਿੰਦੇ ਅਸੀਂ ਕਹਿੰਦੇ ਜੀ ਸ਼ਾਮ 84 ਕਰਾਉਣਾ, ਅਸੀਂ ਕਹਿੰਦੇ ਜੀ ਪਟਿਆਲਾ ਕਰਾਉਣਾ, ਅਸੀਂ ਕਹਿੰਦੇ ਜੀ ਫਲਾਣਾ ਕਰਾਉਣਾ, ਕਿਉਂਕਿ ਜਿਸ ਅੰਦਾਜ਼ ਨਾਲ ਉਹ ਵਜਾਉਂਦੇ ਜਾਂ ਗਾਉਂਦੇ ਨੇ ਉਹ ਅੰਦਾਜ਼ ਬਾਕੀ ਲੋਕਾਂ ਨਾਲੋਂ ਕੀ ਹੈ? ਮੁਖਤਲਿਫ ਹੈ। ਸੋ ਮੈਨੂੰ ਇਹ ਲੱਗਦਾ ਵੇ ਕਿ ਗੀਤੀਤ ਕੇ ਸੁਰ ਪਰ ਮਤਲਬ ਹੈ ਵੇ ਕਿ ਐਸੇ ਨੋਟ ਤੇ ਕਿ ਜਿਹੜਾ ਉਸ ਇਲਾਕੇ ਦਾ ਸਾ, ਉਸ ਇਲਾਕੇ ਦਾ ਨੋਟ, ਉਸ ਇਲਾਕੇ ਦਾ ਬਾਜ, ਐਸ ਬਾਜ ਦਾ ਨੋਟ ਹੈ ਬੰਦੇ ਨੇ ਲਾਇਆ। ਵਾਹ ਵਾਹ, ਕਿਆ ਬਾਤ ਹੈ ਜੀ, ਕਿਸ ਤਰੀਕੇ ਨਾਲ ਗਾਇਆ ਇਹਨੇ। ਠੀਕ ਹੈ ਨਾ, ਸੋ ਦੈਟਸ ਦਾ ਆਈਡੀਆ। ਲੇਕਿਨ ਅਗਰ ਇਹਨੂੰ ਮੈਂ ਵਰਲਡ ਪੁਆਇੰਟ ਆਫ ਵਿਊ ਨਾਲ ਵੇਖਾਂ ਤੇ ਗੀਤੀਤ ਜਿਹੜਾ ਵੇ ਉਹ ਵਾਈਨ ਪ੍ਰੈਸ ਨੂੰ ਵੀ ਪੇਸ਼ ਕਰਦਾ ਵੇ, ਉਹ ਕਿਵੇਂ? ਕਿਉਂਕਿ ਬਾਈਬਲ ਮੁਕੱਦਸ ਜਿਹੜੀ ਹੈ, ਅਗਰ ਅਸੀਂ ਹਵਾਲਾ ਪੜਾਂਗੇ ਨਾ, ਖਾਸ ਤੌਰ ਤੇ ਅਸਾਇਆ 63 ਬਾਬ ਔਰ ਫਿਰ ਉਹਦੇ ਬਾਅਦ ਮੁਕਾਸ਼ਫਾ ਰੈਵਲੇਸ਼ਨ 14 ਬਾਬ, ਜਿਹੜਾ ਮੈਂ ਹਵਾਲਾ ਦੱਸੇ ਨੇ, ਜ਼ਰਾ ਇੱਕ ਹਵਾਲਾ ਪੜ੍ਹਦੇ ਹੋ। ਅਜ਼ਾਇਆ 63 ਤੇ ਮੁਕਾਸ਼ਫਾ ਰੈਵਲੇਸ਼ਨ 14 ਬਾਬ ਜਿਹੜਾ ਹਵਾਲਾ ਜਿਹੜਾ ਸੀ ਉਹ ਹਵਾਲਾ ਦੱਸ ਕੇ ਜ਼ਰਾ ਪੜ੍ਹਿਓ, ਤੁਹਾਨੂੰ ਆਈਡੀਆ ਹੋਏਗਾ ਕਿ ਕਿਉਂ ਇਹ ਜ਼ਬੂਰ ਜਿਹੜਾ ਵੇ ਇਨਕਲਾਈਨ ਕਰਦਾ ਵੇ ਅੰਗੂਰਾਂ ਦੇ ਹੌਜ਼ ਨੂੰ, ਮੈਂ ਜਿਹੜੀ ਵਾਈਨ ਪ੍ਰੈਸ ਹੌਜ਼ ਹੁੰਦਾ ਸੀ ਉਹਨੂੰ ਕਿਉਂ ਪੇਸ਼ ਕਰਦਾ ਵੇ? ਜੀ ਯਸ਼ਾਇਆ ਨਬੀ ਦੀ ਕਿਤਾਬ ਉਹਦਾ 63 ਸਾਮ ਤੇ ਜ਼ਬੂਰ ਚੈਪਟਰ ਤੇ 3 ਆਇਤ ਉਹਦੀ, ਮੈਂ ਅਕਲੇ ਦਾਖ ਦੇ ਚੁਬੱਚੇ ਵਿੱਚ ਲਤਾੜਿਆ ਅਤੇ ਲੋਕਾਂ ਵਿੱਚੋਂ ਮੇਰੇ ਨਾਲ ਕੋਈ ਨਹੀਂ ਸੀ, ਹਾਂ ਮੈਂ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਲਤਾੜਿਆ ਅਤੇ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਮਿਧਿਆ, ਮੇਰੇ ਬਸਤਰ ਉਨ ਉੱਤੇ ਉਹਨਾਂ ਦਾ ਲਹੂ ਛਿੜਕਿਆ ਗਿਆ। ਠੀਕ ਹੈ ਜੀ, ਅਤੇ ਮੈਂ ਆਪਣੇ ਸਾਰੇ ਲਿਬਾਸ ਨੂੰ ਲਬੇੜਿਆ। ਲਬੇੜਿਆ ਕਿਤੇ ਕਰਨ ਕੀ, ਕਿਹੜੀ ਕਿਹੜਾ ਇਮੇਜ ਯੂਜ਼ ਕੀਤਾ ਅੰਕਲ ਜੀ, ਕੀ ਕਰਨ ਡਿਆ ਸੀ? ਮੈਂ ਅੰਗੂਰਾਂ ਨੂੰ ਮਿਧਰਿਆ ਸੀ, ਅੰਗੂਰਾਂ ਨੂੰ ਮਿਧਰਿਆ, ਤਾੜਨਾ ਤੇ ਉਹੀ ਆ ਚੀਜ਼। ਹਾਂ ਠੀਕ ਆ ਗਈ ਨਾ ਗੱਲ? ਹਾਂਜੀ। ਸੋ ਜੀ ਯਸਾਇਆ ਨਬੀ ਨੇ ਅੰਗੂਰਾਂ ਦੇ ਹੌਜ਼ ਨੂੰ ਮਿਧਣ ਦੀ, ਉਹਨਾਂ ਨੂੰ ਲਤਾੜਨ ਦੀ, ਆਪਣੇ ਕੱਪੜੇ ਰੰਗੇ ਜਾਣ ਦੀ ਔਰ ਇਮੇਜ ਨੂੰ ਯੂਜ਼ ਕੀਤਾ ਵੇ ਕਿ ਜਿਵੇਂ ਅੰਗੂਰਾਂ ਨੂੰ ਰੱਦਣ ਵਾਲਾ, ਮਿਧਣ ਵਾਲਾ ਬੰਦਾ ਅੰਗੂਰਾਂ ਨੂੰ ਮਿਧ ਆਏ, ਇੰਜ ਜੋ ਕਹਿ ਰਿਹਾ ਵੇ ਕਿ ਖੁਦਾ ਫਰਮਾਉਂਦਾ ਵੇ ਕਿ ਮੈਂ ਆਪਣੇ ਦੁਸ਼ਮਣਾਂ ਨੂੰ ਤੇ ਸਰੀਰਾਂ ਨੂੰ ਕੀ ਕਰਾਂਗਾ, ਉਹਨਾਂ ਨੂੰ ਮਿਧ ਦੇਵਾਂਗਾ, ਉਹਨਾਂ ਨੂੰ ਮੈਂ ਖਤਮ ਕਰ ਦਾਂਗਾ। ਠੀਕ ਹੈ ਜੀ, ਹੁਣ ਐਸੇ ਇਮੇਜ ਨੂੰ, ਐਸੇ ਤਸਵੀਰ ਨੂੰ ਮੁਕਾਸ਼ਫਾ ਦੀ ਕਿਤਾਬ ਦੇ ਵਿੱਚ ਪ੍ਰਕਾਸ਼ ਵਿੱਚ ਕਿਵੇਂ ਯੂਜ਼ ਕੀਤਾ ਗਿਆ? ਹਾਂਜੀ ਜੋਤੀ। ਹਾਂਜੀ, ਇਸ ਤੇ ਪ੍ਰਕਾਸ਼ ਦੀ ਪੋਥੀ ਵਿਧੀ 14 ਬਾਬ ਵਿੱਚ ਲਿਖਿਆ ਹੈ, ਉਹਦੀ 17 ਇੱਥੇ ਅਸੀਂ ਪੜ੍ਹਦੇ ਹਾਂ। ਤਦ ਇੱਕ ਹੋਰ ਸਵਰਗ ਦੂਤ ਸਵਰਗ ਵਿੱਚ ਮੰਦਰ ਵਿੱਚੋਂ ਬਾਹਰ ਆਇਆ, ਉਸਦੇ ਕੋਲ ਤੇਜ ਦਾਤਰੀ ਸੀ, ਇਸ ਦੇ ਪਿੱਛੋਂ ਇੱਕ ਹੋਰ ਸਵਰਗ ਦੂਤ ਜਿਸਦੇ ਅਧਿਕਾਰ ਵਿੱਚ ਅੱਗ ਸੀ ਬੇਦੀ ਤੋਂ ਬਾਹਰ ਆਇਆ, ਉਸਨੇ ਉੱਚੀ ਆਵਾਜ਼ ਨਾਲ ਪਹਿਲੇ ਨੂੰ ਜਿਸਦੇ ਕੋਲ ਤੇਜ ਦਾਤਰੀ ਸੀ ਕਿਹਾ, ਆਪਣੀ ਦਾਤਰੀ ਅੱਗੇ ਵਧਾ ਕੇ ਧਰਤੀ ਦੀਆਂ ਅੰਗੂਰ ਦੀਆਂ ਫਸਲ ਇਕੱਠੀ ਕਰ ਲੈ, ਕਿਉਂਕਿ ਅੰਗੂਰ ਪੱਕ ਚੁੱਕੇ ਹਨ। ਠੀਕ ਹੈ ਜੀ, ਇਸ ਲਈ ਉਸ ਸਵਰਗ ਦੂਤ ਨੇ ਆਪਣੀ ਦਾਤਰੀ ਧਰਤੀ ਵੱਲ ਵਧਾ ਕੇ ਅੰਗੂਰਾਂ ਦੀ ਸਭ ਫਸਲ ਇਕੱਠੀ ਕਰ ਲਈ, ਫਿਰ ਉਸਨੇ ਇਕੱਠੀ ਕੀਤੀ ਅੰਗੂਰਾਂ ਦੀ ਫਸਲ ਨੂੰ ਪਰਮੇਸ਼ਵਰ ਦੇ ਗੁੱਸੇ ਵਾਲੇ ਕੁੱਲੂ ਵਿੱਚ ਪਾ ਦਿੱਤਾ। ਓਕੇ, ਯੂ ਗਾਟ ਦਾ ਆਈਡੀਆ? ਠੀਕ ਹੈ, ਕਿ ਯਸਾਇਆ ਨੇ ਵੀ ਔਰ ਫਿਰ ਜੌਨ ਨੇ ਵੀ, ਯੋਹੰਨਾ ਨੇ ਵੀ,
ਮੁਕਾਸ਼ਵਰੀ ਕਿਤਾਬ ਦੇ ਵਿੱਚ ਵੀ ਸੇਮ ਇਮੇਜ ਯੂਜ਼ ਕੀਤਾ ਵੇ ਅੰਗੂਰਾਂ ਨੂੰ ਰੋਂਦੇ ਜਾਣ ਦਾ ਮਿੱਧੇ ਜਾਣ ਦਾ ਤਾਂ ਕਿ ਉਹ ਖੁਦਾ ਜਿਹੜਾ ਵੇ ਉਹ ਆਪਣੇ ਆਪ ਨੂੰ ਪੇਸ਼ ਕਰਦਾ ਵੇ ਅੰਗੂਰਾਂ ਦੇ ਰੋਂਦਣ ਵਾਲੇ ਅੰਗਰੂ ਜਿਹੜਾ ਖੁਦਾ ਸਰੀਰਾਂ ਨੂੰ ਆਪਣੇ ਦੁਸ਼ਮਣਾਂ ਨੂੰ ਕੀ ਕਰੇਗਾ ਜਦੋਂ ਅਦਾਲਤ ਕਰੇਗਾ ਉਹਨਾਂ ਦੀ ਔਰ ਉਹਨਾਂ ਦੇ ਉੱਤੇ ਜਜਮੈਂਟ। ਅੱਛਾ ਤੀਜੇ ਨੰਬਰ ਤੇ ਐਸੇ ਗੀਤ ਨੂੰ ਜਿਹੜਾ ਜਿਹੜਾ ਇਹ ਜ਼ਬੂਰ ਦਾ ਜਿਹੜਾ ਕੰਟੈਕਸਟ ਹੈ ਉਹ ਵੀ ਯਹੂਦੀ ਈਦਾਂ, ਠੀਕ ਹੈ ਨਾ, ਕਿਉਂਕਿ ਮੈਂ ਦੱਸਿਆ ਜਿਵੇਂ ਤੁਹਾਨੂੰ ਪਹਿਲਾਂ ਕਿ ਬਣੀ ਕੌਰਾ ਦੇਵਰ ਸਿੰਗਰ ਦੇਵਰ ਲਿਵਿਟਿਕਲ ਆਰਡਰ ਦੇ ਵਿੱਚ ਇਹਨਾਂ ਦਾ ਕੰਮ ਹੀ ਆਇਆ ਸੀ ਕਿ ਜਿੰਨੇ ਵੱਡੇ ਵੱਡੇ ਪਬਲਿਕ ਇਜਤਮਾ ਨੇ ਜਾਂ ਜਦੋਂ ਇਹਨਾਂ ਦੇ ਖਾਨਦਾਨ ਦੀ ਡਿਊਟੀ ਲੱਗੇਗੀ ਇਹ ਹੈਕਲ ਦੇ ਵਿੱਚ ਜਾ ਕੇ ਤੇ ਆਪਣੀ ਆਪਣੀ ਖਿਦਮਤ ਕੀ ਦੇਣਗੇ, ਸਰ ਅੰਜਾਮ ਦੇਣਗੇ, ਠੀਕ ਹੈ ਨਾ। ਲੇਕਿਨ ਇਸ ਜ਼ਬੂਰ ਦੇ ਵਿੱਚ ਉਹ ਕਿਹੜੇ ਕਿਹੜੀ ਈਦ ਦਾ ਜ਼ਿਕਰ ਕਰਦਾ ਵੇ ਇਹ ਸਾਨੂੰ ਦੱਸ ਦਈਏ ਇਸਤਸਨਾ ਦੀ ਕਿਤਾਬ ਜਿਹੜਾ ਅਸਾਂ ਪੜਿਆ ਸੀ ਨਾ ਡਿਟਰੋਨਮੀ 16ਵਾਂ ਬਾਬ ਔਰ ਉਹਦੀ 13 13 ਤੋਂ ਲੈ ਕੇ 17 ਤੱਕ ਜ਼ਰਾ ਪੜਿਓ ਜੀ। ਬੁੱਕ ਸੱਤਾਂ ਦਿਨਾਂ ਤੀਕ ਤੁਸੀਂ ਆਪਣੇ ਲਈ ਡੇਰਿਆਂ ਦਾ ਪਰਬ ਮਨਾਓ, ਜਦ ਤੁਸੀਂ ਆਪਣੇ ਪੇੜ ਅਤੇ ਮੈਂ ਦੇ ਕੋਲੂ ਤੋਂ ਮਾਲ ਇਕੱਠਾ ਕਰ ਲਿਆ ਹੋਵੇ ਉਸ ਆਪਣੇ ਪਰਬ ਵਿੱਚ ਤੁਸੀਂ ਆਨੰਦ ਕਰੋ। ਓਕੇ ਥੈਂਕ ਯੂ। ਤੁਹਾਡਾ ਪੁੱਤਰ ਤੁਹਾਡੀ ਧੀ। ਹਾਂਜੀ ਹੋਲਡ ਕਰਿਓ ਜ਼ਰਾ। ਸੋ ਕੀ ਪੜਿਆ ਜੀ ਅਸਾਂ, 7 ਦਿਨ ਤੱਕ ਕਿਹੜੀ ਈਦ ਦਾ ਜ਼ਿਕਰ ਹੈ? ਖੈਮਿਆਂ ਦੀ ਈਦ, ਡੇਰਿਆਂ ਦੀ ਈਦ, ਯਾਨੀ ਕਿ ਤੁਸੀਂ 40 ਸਾਲ ਬਾਪ ਦਾਦਾ ਜਦੋਂ ਬੀਆਬਾਨ ਦੇ ਵਿੱਚ ਡੇਰਿਆਂ ਚ ਰਹੇ ਨੇ ਤੁਸੀਂ ਉਹਦੀ ਯਾਦਗਾਰੀ ਮਨਾਉਣੀ ਹੈ। ਸੋ ਇਹ ਈਦ ਜਿਹੜੀ ਹੈ ਇਹ ਆਉਂਦੀ ਸੀ ਈਦ ਦੇ ਫਸਾ ਤੋਂ ਬਾਅਦ, ਠੀਕ ਹੈ। ਔਰ ਇਸ ਈਦ ਨੂੰ ਈਦ ਦੇ ਪੈਂਤੀਕੋਸ ਵੀ ਕਿਹਾ ਜਾਂਦਾ, ਸਾਡੇ ਨਵੇਂ ਐਦਨਾਮੇ ਚ ਈਦ ਨੂੰ ਕੀ ਕਿਹਾ ਗਿਆ ਵੀ ਈਦ ਦੇ ਪੈਂਤੀਕੋਸ ਹੈ, ਇਹ ਖੈਮਿਆਂ ਦੀ ਈਦ ਹੀ ਹੈ, ਖੁਸ਼ੀਆਂ ਦੀ ਈਦ ਹੈ, ਠੀਕ ਹੈ। ਔਰ ਇਹਨੂੰ ਇੱਕ ਹੋਰ ਨਾਂ ਦਿੱਤਾ ਗਿਆ ਵੇ ਔਰ ਉਹ ਫਸਲ ਕੱਟਣ ਦੀ ਈਦ ਵੀ, ਇਹਦੇ ਚ ਫਸਲ ਵੀ ਕੱਟੀ ਜਾਂਦੀ ਸੀ। ਸਾਡੇ ਇੰਡੀਆ ਪਾਕਿਸਤਾਨ ਦੇ ਵਿੱਚ ਫਸਲ ਕਿਹੜੇ ਮਹੀਨੇ ਚ ਕੱਟੀ ਜਾਂਦੀ ਅੰਕਲ ਜੀ? ਇੱਕ ਤੇ ਅਪ੍ਰੈਲ ਚ ਕਣਕ ਦੀ ਫਸਲ ਜਿਹੜੀ ਹੈ ਤੇ ਉਧਰੋਂ ਫਿਰ ਸੈਪਟੈਂਬਰ ਅਕਤੂਬਰ ਦੇ ਵਿੱਚ ਜਾ ਕੇ ਤੇ ਝੋਨੇ ਚੌਲਾਂ ਦੀ ਤੇ ਜਿਹੜੀ ਕਣਕ ਹੈ ਉਹ ਕਿਹੜੇ ਮਹੀਨੇ ਚ ਕੱਟੀ ਜਾਂਦੀ ਹੈ? ਅਪ੍ਰੈਲ ਚ, ਮਾਰਚ ਅਪ੍ਰੈਲ, ਠੀਕ ਹੈ। ਆਉਣ ਵਾਲੀ ਅਪ੍ਰੈਲ ਚ ਵਾਢੀ ਪੈ ਜਾਂਦੀ ਹੈ, ਵਾਢੀ ਪੈ ਜਾਂਦੀ ਹੈ, ਠੀਕ ਹੈ। ਇਹ ਆਉਣ ਵਾਲਾ ਅਗਲੇ ਇੱਕ ਮਹੀਨੇ ਬਾਅਦ ਮਾਰਚ ਅਪ੍ਰੈਲ ਆਉਣ ਵਾਲਾ ਵੇ, ਠੀਕ ਹੈ ਨਾ। ਇਹਦੇ ਵਿੱਚ ਕਣਕ ਜਿਹੜੀ ਵੱਡੀ ਫਸਲ ਹੈ ਉਹ ਕੱਟੀ ਜਾਂਦੀ ਹੈ, ਠੀਕ ਹੈ ਨਾ। ਸੋ ਤੁਸੀਂ ਵੇਖੋਗੇ ਖੁਦਾ ਕੀ ਕਹਿ ਰਿਹਾ ਵੇ ਮੂਸਾ ਆਪਣੇ ਬੰਦੇ ਦੀ ਮਾਰਫਤ ਆਪਣੀ ਕੌਮ ਨੂੰ ਕਿ ਤੁਸਾਂ ਜਦੋਂ ਇਹ ਫਸਲਾਂ ਕੱਟਣੀਆਂ ਨੇ ਤੇ ਤੁਸਾਂ ਜਦੋਂ ਡੇਰਿਆਂ ਚ ਜਾ ਕੇ ਰਹਿਣਾ ਵੇ, ਖੈਮਿਆਂ ਦੇ ਵਿੱਚ ਜਾ ਕੇ ਰਹਿਣਾ ਵੇ ਤੇ ਤੁਸਾਂ ਕੀ ਲੈਣਾ ਵੇ? ਮੈਂ ਔਰ ਜਿਹੜੀ ਤੁਸਾਂ ਕੋਹਲੂ ਚੋਂ ਕੱਢੀਏ, ਠੀਕ ਹੈ ਨਾ, ਔਰ ਜਿਹੜਾ ਅਨਾਜ ਤੁਹਾਨੂੰ ਮਿਲਿਆ ਵੇ ਉਹ ਤੁਸਾਂ ਲੈ ਕੇ ਜਾਣਾ ਵੇ। ਔਰ ਅੱਗੇ ਤੁਸੀਂ ਪੜੋਗੇ ਅੰਕਲ ਜਰਾ ਇਹ ਆਇਤਾਂ ਦੋ ਪੂਰੀਆਂ ਕਰ ਦਿਓ ਜਰਾ 17 ਤੱਕ। ਅੱਛਾ ਜੀ। ਉਸ ਆਪਣੇ ਪਰਬ ਵਿੱਚ ਤੁਸੀਂ ਆਨੰਦ ਕਰੋ, ਤੁਸੀਂ ਤੁਹਾਡਾ ਪੁੱਤਰ ਤੁਹਾਡੀ ਧੀ ਤੁਹਾਡਾ ਗੋਲਾ ਤੁਹਾਡੀ ਗੋਲੀ ਲੇਵੀ ਪਰਦੇਸੀ ਯਤੀਮ ਅਤੇ ਵਿਧਵਾ ਜਿਹੜੇ ਤੁਹਾਡੇ ਫਾਟਕਾਂ ਦੇ ਅੰਦਰ ਹੋਣ 7 ਦਿਨਾਂ ਤੀਕ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਲਈ ਉਸ ਅਸਥਾਨ ਵਿੱਚ ਜਿਹੜਾ ਯਹੋਵਾ ਚੁਣੇਗਾ ਪਰਬ ਮਨਾਓ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਡੇ ਸਾਰੇ ਵਾਅਦੇ ਵਿੱਚ ਅਤੇ ਤੁਹਾਡੇ ਹੱਥ ਦੇ ਸਾਰੇ ਕੰਮ ਵਿੱਚ ਤੁਹਾਨੂੰ ਬਰਕਤ ਦੇਵੇਗਾ ਤਾਂ ਤੁਸੀਂ ਪੂਰਾ ਪੂਰਾ ਆਨੰਦ ਕਰੋ। 17ਵੀਂ ਆਇਤ, 16ਵੀਂ ਹੈ, ਵਰੇ ਵਿੱਚ ਧੰਨਵਾਦ ਤੁਹਾਡੇ ਸਾਰੇ ਨਰ ਯਹੋਵਾ ਤੁਹਾਡੇ ਪਰਮੇਸ਼ਵਰ ਦੇ ਸਨਮੁਖ ਉਸ ਅਸਥਾਨ ਵਿੱਚ ਜਿਹੜਾ ਉਹ ਚੁਣੇਗਾ ਹਾਜ਼ਰ ਹੋਣ, ਅਰਥਾਤ ਪਤੀਰੀ ਰੋਟੀ ਦੇ ਪਰਬ, ਡੇਰਿਆਂ ਦੇ ਪਰਬ, ਹਫ਼ਤਿਆਂ ਦੇ ਪਰਬ ਉੱਤੇ, ਅਤੇ ਉਹ ਯਹੋਵਾ ਦੇ ਸਨਮੁਖ ਸੱਖਣੇ ਹੱਥ ਨਾ ਹਾਜ਼ਰ ਹੋਣ। ਹਰ ਮਨੁੱਖ ਆਪਣੇ ਵਿੱਤ ਅਨੁਸਾਰ ਦੇਵੇ ਜਿਵੇਂ ਯਹੋਵਾ ਪਰਮੇਸ਼ਵਰ ਦੀ ਦਿੱਤੀ ਹੋਈ ਬਰਕਤ ਹੈ। ਓਕੇ ਥੈਂਕ ਯੂ ਜੀ। ਤੁਹਾਨੂੰ ਵੇਖਿਆ ਜੀ 3 ਈਦਾਂ ਦਾ ਜ਼ਿਕਰ ਹੈ, ਠੀਕ ਹੈ, 3 ਈਦਾਂ। ਔਰ ਉਹ ਈਦਾਂ ਤੁਹਾਨੂੰ ਕਿੱਥੇ ਮਨਾਉਣੀਆਂ ਨੇ, ਜਿਹੜੀ ਜਗ੍ਹਾ ਦਿੱਤੀ ਜਾਏਗੀ ਬਾਅਦ ਤੋਂ ਸਾਨੂੰ ਪਤਾ ਲੱਗਦਾ ਵੀ ਉਹ ਈਦਾਂ ਕਿਹੜੀਆਂ ਕਿੱਥੇ ਮਨਾਈਆਂ ਜਾਂਦੀਆਂ ਹਨ, ਯਰੂਸ਼ਲਮ ਹੈਕਲ ਦੇ ਵਿੱਚ। ਔਰ ਇਸ ਲਈ ਖੁਦਾ ਨੇ ਕਿਹਾ ਕਿ ਤੁਸੀਂ ਈਦਾਂ ਉੱਥੇ ਜਾ ਕੇ ਮਨਾਉਣੀਆਂ ਨੇ, ਔਰ ਮੈਂ ਔਰ ਕੋਦੋ ਜੋ ਜੋ ਖੁਦਾ ਤੁਹਾਨੂੰ ਬਰਕਤ ਦਿੱਤੀ ਹੈ ਤੁਸੀਂ ਆਪਣੇ ਖਾਨਦਾਨ ਦੇ ਨਾਲ 7 ਦਿਨ ਤੱਕ ਉਹਨੂੰ ਫੈਸਟੀਵਲ ਨੂੰ ਮਨਾਉਣਾ ਵੇ। ਔਰ ਉਹਦੇ ਬਾਅਦ ਤੁਸੀਂ ਜਦੋਂ ਖੁਦਾ ਦੇ ਘਰ ਜਾਣਾ ਵੇ ਤੇ ਸੱਖਣੇ ਹੱਥ ਨਹੀਂ ਜਾਣਾ, ਖਾਲੀ ਹੱਥ ਨਹੀਂ ਜਾਣਾ, ਤੁਸੀਂ ਹਦੀਆ ਨਜ਼ਰਾਨਾ ਜਿਹੜਾ ਵੇ ਉਹ ਤੁਸੀਂ ਆਪਣਾ ਲੈ ਕੇ ਜਾਣਾ ਵੇ। ਕੋਈ ਬੰਦਾ ਹੁਕਮ ਐਸੀ ਕਿ ਖੁਦਾ ਦੇ ਘਰ ਖਾਲੀ ਹੱਥ ਨਾ ਜਾਏ, ਠੀਕ ਹੈ ਜੀ, ਜਾਣਾ। ਸੋ ਦੈਟਸ ਗਿੱਤੀ। ਹਾਂ ਸਿਰਫ ਹਲੇ ਕਿਹਦੇ ਤੇ ਗੱਲ ਕੀਤੀ ਹੈ? ਗਿੱਤੀ ਤੇ। ਓਕੇ ਨਾਓ
लेट्स मूव फॉरवर्ड ड्वेलिंग प्लेस यानी ए लश्करों के खुदावंद तेरे मस्कन क्या ही दिलकश है। इंटरेस्टिंगली चैप्टर वर्स वन जी है ना अगेन खुदा एड्रेस कर दे वेखोगे कि बनी कौरा ने बार 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 जो खुदा का उन्हें जो इमेज पेश किया वे उन्हें पेश किया वे खुदावंद लश्कर का खुदा ठीक है ना यानी ऐसा खुदा जिदे जिदे कोल अनगिनत इनम्यूरेबल अनकाउंटेबल आर्मी जिहड़ी है वह खुदा दे कोले और खुदा पूरी जहान का पूरी कायनात का पूरी दुनिया का पातशाह वे और तख्त नूं पेश कर दे खुदा की हुकूमत नूं खुदा की जजमेंट नूं जिहड़ा वे वह इत्थे पेश कर दे ठीक है जी। अगे वह कहिंदा वे तेरे मस्कन क्या ही दिलकश है। इंटरस्टिंगली जी मस्कन का मतलब इत्थे जिहड़ा मैनूं समझ आउंदा ओ ऐ वे कि असल च जिहड़ा जबूर नवीस जिहड़ा बनी कौरा वे क्योंकि उहदा नाम नहीं दस्सिया गया लेकिन सन्स ऑफ कौरा पता नहीं किन्ने बेटे होणगे जिहड़ा होएगा लेकिन दैट वाज फ्रॉम देयर फैमिली। सो तुसीं इत्थे वेखोगे कि जिहड़ा इत्थे कॉन्सेप्ट है ना खुदा दी हजूरी दा और खुदा दे रहण दा जिवें मैं तुहानूं पहलां वी दस्सिया सी कि बाइबल मुकद्दस और खास तौर पर बनी कौरा और बाइबल मुकद्दस दे विच मूसा भी और बाकी भी दाऊद भी जिहड़ा वे असीं वेखने आ कि ओह खुदा दी हैकल नूं रिप्रजेंट करदे ने खुदा दा ड्वेलिंग प्लेस यानी जिथे खुदा दा की लगा होया तख्त लगा होया ठीक है यानी जिथे खुदा दी हजूरी ड्वेलिंग प्लेस नूं कहा गया ठीक है। अच्छा और खुदा दा खैमा जिथे लगा होया ड्वेलिंग प्लेस। सो पहला ड्वेलिंग प्लेस आ वेख्या सी किथे सी बागे अदन दे विच ठीक है खुदा दा पहला ड्वेलिंग प्लेस उत्थे सी और खुदा ने लिखिया वे कि खुदा ने बाग लगाया। सो और मैं तुहानूं बार बार दस चुकिया वा कि एक चीज होंदी है उगना या उगाना और एक होंदी है कि तुसीं बाहरों लिया के शायद की करना उत्थे लगाना। सो खुदा ने बाग जिहड़ा सी असां सिखिया सी कि किथे लाया सी खुदा ने अपने पहाड़ ते लाया सी बाग ठीक है ना और उस बाग जिहड़ा सी ओह बाग पहली हैकल सी क्योंकि उत्थे की सी खुदा दी हजूरी और खुदा दे लोग आदम और हवा जिहड़े ने ओह इसराइल नूं पेश करदे ने बनी इसराइल नूं ठीक है और इसराइल दी हर जनरेशन नूं पेश करदे ने। हैकल जिहड़ी है ओह बागे अदन नूं रिप्रेजेंट करदी है कि जिथे खुदा ने अपनी हजूरी लई अपना तख्त लगाया सी और सुबह और शाम खुदा आदम और हवा दे नाल मुलाकात करन लई की करदा सी उत्थे होंदा सी। सो सुबह और शाम जिहड़ी है ए रिप्रेजेंट करदी है सुबह और शाम दी कुर्बानियां नूं बनी इसराइल दी दुआवां नूं और बनी इसराइल दे खुदा दे नाल कुर्बानियां दे सिस्टम नूं पेश करदी है ठीक है। इस चीज़ नूं वेखोगे जिहड़ा मैं तुहानूं हवाला दस्सिया सी ना खरूज एग्जोडस कूच 15वां बाब अपने रहन दी थां चुनिया है अते अपना पवित्र थां बनाया है ठीक है जी। जिहड़ा तर्जमा वे मेरे कोल इत्थे मैं उहनूं पढ़ना वा और अंकल जी तुहाडे कोल की जरा पढ़ियो इस हवाले नूं कूच 15 बाब ते 17वीं आयत नूं। तू उन्हां नूं अंदर लियावेंगा अते अपनी मिलख दे पहाड़ विच लगावेंगा हे यहोवा उस स्थान विच जिहड़ा तैं अपने रहण लई बनाया है हे मेरे प्रभु ओ पवित्र स्थान जिहड़ा तेरे हत्थां ने अस्थर कीता है। ओके इंटरेस्टिंगली जी मेरे कोल की तर्जमा आया 17 आया जरा सुनियो उर्दू तू उनको वहां ले जाकर अपनी मिरास के पहाड़ पर दरख्त की तरह लगाएगा तू उनको उसी जगह ले जाएगा जिसे तूने अपनी सुकूनत के लिए बनाया है ठीक है जी। किवें लाएगा खुदा उन्होंने दरख्त की तरह प्लांटेड ट्री ठीक है और किथे लाएगा मुल्क के कनान दे विच लाएगा और उत्थे खुदा ने फिर अपनी सुकूनत गा बनाई अपना मस्कन बनाया और उत्थे खुदा ने फिर अपनी हैकल बनाई ताकि खुदा की हजूरी खुदा का तख जिहड़ा वे उत्थे हमेशा की रहे मौजूद रहे। इसलिए असीं वेखने आ कि बनी इसराइल नूं खुदा ने मिस्र चों पुटिया ते उस बनी इसराइल दे दरख्त नूं खुदा ने लिया के किथे लगाया मुल्के कनान दे विच लगाया ठीक है। तो इसलिए जिहड़ी शै आप ही उगदी है ना वह तो क्रेडिट लै सकती है कि जी मैं तो आप ही उगी हाँ लेकिन जिहड़े दरख्त नूं जिहड़े बाग नूं बाहरों लिया के सीड लगाया गया होए वह दरख्त कभी क्रेडिट नहीं लै सकता कि जी मैं अपने आप उगया वा क्योंकि तुहाडे मगर लाण वाला कोई होर है। ए इंप्लीकेशन जिहड़ी असीं वेखने आ
ਖਾਸ ਤੌਰ ਤੇ ਜਿੰਨੇ ਅਸੀਂ ਕ੍ਰਿਸਚਨ ਜਾਂ ਜਿੰਨੇ ਅਸੀਂ ਬਲੀਵਰ ਇਮਾਨਦਾਰ ਇੰਡੀਆ ਪਾਕਿਸਤਾਨ ਤੋਂ ਬਾਕੀ ਡਿਆਸਪੋਰਾ ਜਿੰਨਾ ਅਸੀਂ ਆਉਂਦੇ ਹਾਂ, ਸਾਨੂੰ ਇਹ ਮੁਲਕ ਵਿੱਚ ਖੁਦਾ ਨੇ ਲਿਆ ਕੇ ਲਾਇਆ ਵੇ, ਅਸੀਂ ਲਗਾਏ ਗਏ ਹਾਂ, ਅਸੀਂ ਪਲਾਂਟ ਨਹੀਂ, ਅਸੀਂ ਇੱਥੇ ਉੱਗੇ ਨਹੀਂ ਹਾਂ, ਠੀਕ ਹੈ। ਤੇ ਜਦੋਂ ਖੁਦਾ ਲੈ ਕੇ ਆਇਆ ਵੇ, ਖੁਦਾ ਜਦੋਂ ਲਗਾਇਆ ਵੇ, ਤੇ ਉਹਦੇ ਪਿੱਛੇ ਖੁਦਾ ਦਾ ਪਰਪਜ਼ ਹੈ, ਉਹਦੇ ਪਿੱਛੇ ਖੁਦਾ ਦਾ ਪਲਾਨ ਹੈ, ਠੀਕ ਹੈ। ਸੋ ਅਸੀਂ ਅੱਗੇ ਵੇਖਦੇ ਹਾਂ ਪਏ ਕਿ ਪਲਾਂਟਡ ਹੋ ਗਿਆ, ਡਿਵੈਲਪ ਹੋ ਗਿਆ। ਤੀਸਰਾ ਜਿਹੜਾ ਇੰਪੋਰਟੈਂਟ ਚੀਜ਼ ਹੈ ਉਹ ਵੇਖੋਗੇ, ਕਹਿੰਦੇ ਜੀ ਕਿ ਮੇਰਾ ਦਿਲ ਔਰ ਮੇਰਾ ਜਿਸਮ ਨਹੀਂ, ਆਇਤ ਵਿੱਚ ਕਹਿੰਦਾ ਵੇ ਮੇਰੀ ਜਾਨ ਖੁਦਾਵੰਦ ਕੀ ਬਾਰਗਾਹੋਂ ਕੀ ਮੁਸ਼ਤਾਕ ਹੈ ਬਲਕਿ ਗੁਦਾਜ਼ ਹੋ ਚਲੀ, ਮੇਰਾ ਦਿਲ ਔਰ ਮੇਰਾ ਜਿਸਮ। ਤੁਸੀਂ ਵੇਖਿਆ ਬਾਰ ਬਾਰ ਆਪਣੇ ਆਪ ਨੂੰ ਐਡਰੈਸ ਕਰਦਾ, ਜ਼ਬੂਰ 42 ਵੀ ਅਸੀਂ ਪੜਿਆ ਸੀ ਨਾ, ਕੀ ਆਂਦਾ ਮੇਰੀ ਰੂਹ ਕਿਵੇਂ ਤਰਸਦੀ ਹੈ ਖੁਦਾ ਨੂੰ, ਜਿਵੇਂ ਹਰਨੀ ਪਾਣੀ ਦੇ ਨਾਲਿਆਂ ਨੂੰ ਤਰਸਦੀ ਹੈ, ਠੀਕ ਹੈ। ਇੱਥੇ ਵੀ ਬਣੀ ਕੌਰਾ ਇਹ ਕਹਿੰਦੇ ਆ ਕਿ ਮੇਰੀ ਜਾਨ ਖੁਦਾਵੰਦ ਤੇਰੀ ਹੈਕਲ ਲਈ ਔਰ ਤੇਰੀ ਮਸਕਨ ਲਈ ਮੇਰੀ ਜਾਨ ਗੁਦਾਜ਼ ਹੋ ਗਈ ਹੈ। ਮੈਂ ਬਸ ਕਹਿੰਦਾ ਮੈਂ ਪਿਘਲ ਗਿਆ ਵਾ, ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਹੁਣ, ਮੈਂ ਕਿਵੇਂ ਤੇਰੇ ਹਜ਼ੂਰ ਹਾਜ਼ਰ ਹੋਵਾਂ, ਠੀਕ ਹੈ। ਓਕੇ ਜੀ, ਆਖਰੀ ਜਿਹੜਾ ਤੀਸਰਾ ਅਹਿਮ ਪੁਆਇੰਟ ਜਿਹੜਾ ਮੈਂ ਦੱਸਣਾ ਚਾਹੁੰਦਾ ਵਾ ਉਹ ਵੇ ਤੀਸਰੀ ਆਇਤ ਵਿੱਚ ਕਹਿੰਦਾ ਵੀ ਇਹ ਲਸ਼ਕਰੋਂ ਕੇ ਖੁਦਾਵੰਦ, ਇਹ ਮੇਰੇ ਬਾਦਸ਼ਾਹ, ਤੇਰੇ ਮਜ਼ਬੋਂ ਕੇ ਪਾਸ, ਮੇਰੇ ਕੋਲ ਉਰਦੂ ਤਰਜਮਾ ਵੇ, ਗੋਰੀਆਂ ਨੇ ਆਪਣਾ ਆਸ਼ਿਆਨਾ ਔਰ ਅਬਾਬੀਲ ਨੇ ਆਪਣੇ ਲਈ ਘੌਂਸਲਾ, ਯਾਨੀ ਸਪੈਰੋ ਐਂਡ ਡਵ। ਤੁਹਾਡੇ ਕੋਲ ਕੀ ਤਰਜਮਾ ਹੋਇਆ ਜੀ, ਜਰਾ ਪੰਜਾਬੀ ਚ ਪੜਿਓ, ਕਿਹੜੇ ਕਿਹੜੇ ਦੋ ਪਰਿੰਦਿਆਂ ਦਾ ਜ਼ਿਕਰ ਹੈ? ਹਾਂਜੀ, ਵਾਰੀ ਵਾਰੀ ਪੜੋ ਜਰਾ ਜੀ, ਅੰਕਲ ਜੀ ਪੜੋ ਜਰਾ। ਅੱਛਾ, ਹੇ ਸੈਨਾ ਦੇ ਯਹੋਵਾ ਮੇਰੇ ਪਾਤਸ਼ਾਹ ਅਤੇ ਮੇਰੇ ਪਰਮੇਸ਼ਵਰ, ਤੇਰੀਆਂ ਜਗ ਵੇਦੀਆਂ ਵਿੱਚ ਚਿੜੀ ਨੇ ਆਪਣੇ ਲਈ ਘਰ ਅਤੇ ਬਾਲ ਕਟਾਰੇ ਨੇ ਆਪਣੇ ਬੋਟਾਂ ਨੂੰ ਰੱਖਣ ਲਈ ਆਲਣਾ ਪਾਇਆ ਹੈ। ਵੰਡਰਫੁਲ, ਚਿੜੀ ਤੇ ਬਾਲ ਕਟਾਰਾ, ਤੁਹਾਡੇ ਕੋਲ ਕੀ ਹੈ ਜੀ, ਕਿਹੜੇ ਦੋ ਪਰਿੰਦੇ ਨੇ? ਹੇ ਸੈਨਾਵਾਂ ਦੇ ਪ੍ਰਭੂ ਮੇਰੇ ਰਾਜਾ ਦੇ ਪਰਮੇਸ਼ਵਰ, ਚਿੜੀਆਂ ਨੇ ਵੀ ਘਰ ਬਣਾ ਲਿਆ, ਅਬਾਬੀਲਾਂ ਨੇ ਵੀ ਤੇਰੀਆਂ ਵੇਦੀਆਂ ਕੋਲ ਆਪਣਾ ਆਲਣਾ ਬਣਾਇਆ ਹੈ। ਇੰਟਰਸਟਿੰਗ, ਥੈਂਕ ਯੂ। ਅਬਾਬੀਲ ਜਿਹੜੀ ਹੈ, ਸੋ ਚਿੜੀ ਸਮਝ ਆ ਗਈ ਸਾਨੂੰ, ਸਪੈਰੋ, ਓਕੇ, ਔਰ ਅਬਾਬੀਲ ਡਵ, ਓਕੇ, ਕਬੂਤਰ ਨੂੰ, ਕਬੂਤਰੀ ਨੂੰ ਕਿਹਾ ਗਿਆ ਵੇ, ਠੀਕ ਹੈ, ਅਬਾਬੀਲ ਨੂੰ। ਵਾਈ ਹੀ ਇਜ਼ ਕੰਟਰਾਸਟਿੰਗ ਦੀਸ ਟੂ ਬਰਡਸ? ਇੰਟਰਸਟਿੰਗਲੀ ਵੰਡਰਫੁਲ, ਇਹ ਜਿਹੜਾ ਕੰਮ ਹੈ ਨਾ, ਮਤਲਬ ਮੈਂ ਜਦੋਂ ਇਹਦੇ ਬਾਰੇ ਸਟੱਡੀ ਕੀਤੀ ਨਾ, ਤੇ ਮੈਂ ਵੀ ਹੈਰਾਨ ਹੋਇਆ, ਮੈਂ ਕਿਹਾ ਵਾਈ ਹੀ ਯੂਜ਼ ਐਂਡ ਕੰਟਰਾਸਟ ਚਿੜੀ ਤੇ ਡਵ, ਵਾਟਸ ਦਾ ਡਿਫਰੈਂਸ ਬਿਟਵੀਨ ਦੈਮ ਐਂਡ ਸਪੈਸ਼ਲੀ ਪੈਲਸਟੀਨੀਅਨ ਕੰਟੈਕਸਟ, ਠੀਕ ਹੈ। ਡਵ ਅਸੀਂ ਪਹਿਲੀ ਵਾਰੀ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਜਦੋਂ ਨੂਹ ਨੇ ਆਪਣੀ ਕਿਸ਼ਤੀ ਦੇ ਵਿੱਚੋਂ ਪਹਿਲਾਂ ਕਾਂ ਕੱਢਿਆ ਤੇ ਕਾਂ ਤੇ ਵਾਪਸ ਨਾ ਆਇਆ, ਉਹਨੇ ਫਿਰ ਅਬਾਬੀਲ ਜਾਂ ਉਹਨੇ ਡਵ ਉਡਾਈ, ਠੀਕ ਹੈ। ਤੇ ਡਵ ਕੀ ਹੋ ਗਈ, ਉਹ ਇੱਕ ਹਫ਼ਤਾ ਉੱਡਣ ਤੋਂ ਬਾਅਦ ਵਾਪਸ ਜਗਾਈ, ਫਿਰ ਦੁਬਾਰਾ ਕੱਢਿਆ, ਫਿਰ ਉਹ ਜੈਤੂਨ ਦੀ ਸ਼ਾਖ ਲੈ ਕੇ ਦੁਬਾਰਾ ਉੱਥੇ ਆ ਗਏ ਜਿੱਥੋਂ ਉਡਾਇਆ ਗਿਆ ਸੀ, ਠੀਕ ਹੈ ਨਾ। ਅੱਛਾ, ਚਿੜੀ ਜਿਹੜੀ ਹੈ, ਠੀਕ ਹੈ, ਚਿੜੀ ਜਿਹੜੀ ਹੈ ਉਹਦੇ ਬਾਰੇ ਵਿੱਚ ਜਿਹੜੀ ਸਟੱਡੀ ਹੈ ਉਹ ਹੈ ਕਹਿੰਦੀ ਹੈ ਕਿ ਜਿਹੜੀ ਜਗ੍ਹਾ ਦੇ ਉੱਤੇ ਚਿੜੀਆਂ ਦੇ ਆਲਣੇ ਵਿੱਚੋਂ ਆਂਡੇ ਡਿੱਗ ਪੈਣ ਜਾਂ ਉਹਦਾ ਆਲਣਾ ਖਰਾਬ ਹੋ ਜਾਏ, ਉਹ ਦੁਬਾਰਾ ਸੇਮ ਆਲਣੇ ਚ ਨਹੀਂ ਆਉਂਦੀ ਬਲਕਿ ਨਵਾਂ ਬਣਾਉਂਦੀ ਹੈ, ਠੀਕ ਹੈ। ਜਦਕਿ ਡਵ ਦੇ ਬਾਰੇ ਸਟੱਡੀ ਇਹ ਕਹਿੰਦੀ ਹੈ ਕਿ ਡਵ ਨਦਾਨ ਹੈ, ਸ਼ੀ ਇਜ਼ ਇਨਸੇਨ, ਠੀਕ ਹੈ। ਕਬੂਤਰੀ ਦੇ ਬਾਰੇ ਕਿਹਾ ਗਿਆ ਵੇ ਕਿ ਇਹ ਨਦਾਨ ਹੈ, ਨਦਾਨ ਫਾਖਤਾ, ਠੀਕ ਹੈ। ਕੌਣ ਕਹਿੰਦਾ ਇਹਨੂੰ, ਜ਼ਰਾ ਪੜਿਓ ਕਿੰਨੇ ਇਹਨੂੰ ਨਦਾਨ ਫਾਖਤਾ ਕਿਹਾ ਵੇ? ਹੋਸੀਆ ਨਬੀ, ਹਿਸਕੀਅਲ ਤੋਂ ਬਾਅਦ, ਹਿਸਕੀਅਲ ਨਬੀ ਤੋਂ ਬਾਅਦ ਹੋਸੀਆ, ਹਿਸਕੀਅਲ ਤੋਂ ਬਾਅਦ ਦਾਨੀਅਲ, ਤੇ ਦਾਨੀਅਲ ਤੋਂ ਬਾਅਦ ਜੇ ਹੋਸੀਆ, ਔਰ ਉਹਦਾ ਸੱਤਵਾਂ ਬਾਬ ਕਿੰਨਵੀਂ ਆਇਤ ਜੀ? ਹਾਂਜੀ, ਆਇਤ ਮੈਂ ਵੇਖਣ ਲੱਗਾ ਵਾ, ਹਾਂਜੀ 11th ਆਇਤ, 7:11। ਅਫਰਾਇਮ ਇੱਕ ਪੋਲੀ ਤੇ ਬੁੱਧਹੀਨ ਕੁੱਗੀ ਵਰਗਾ ਹੈ। ਥੈਂਕ ਯੂ ਜੀ। ਉਹ ਮਿਸਰ ਨੂੰ, ਥੈਂਕ ਯੂ ਜੀ, ਥੈਂਕ ਯੂ। ਇਫਰਾਇਮ ਦਾ ਮਤਲਬ ਹੈ ਇਸਰਾਇਲ, ਇਫਰਾਇਮ ਦਾ ਨਾਮ ਆਲਟਰਨੇਟਿਵ ਇਸਤੇਮਾਲ ਹੋਇਆ ਯੋਅਲ ਨਬੀ ਦੇ ਇਹਦੇ ਸਹੀਫੇ ਦੇ ਵਿੱਚ, ਹੋਸੀਆ ਦੇ ਵਿੱਚ, ਠੀਕ ਹੈ। ਕੀ ਇਸਰਾਇਲ ਕੀ ਹੈ ਜੀ, ਕਿਹਦੇ ਵਰਗਾ? ਪੋਲੀ ਤੇ ਬੁੱਧਹੀਨ ਕੁੱਗੀ ਵਰਗਾ ਹੈ। ਕੁੱਗੀ ਪੰਜਾਬੀ ਚ ਤੁਹਾਡੇ ਕੋਲ ਕੀ ਤਰਜਮਾ ਜੀ, ਸਿਸਟਰ ਜਯੋਤੀ? ਇਸ ਇਜ਼ਰਾਈਲੀ ਲੋਕ ਮੂਰਖ ਭੋਲੇ ਕਬੂਤਰ ਦੀ ਤਰ੍ਹਾਂ ਹਨ। ਕਬੂਤਰ ਦੀ ਤਰ੍ਹਾਂ ਜੀ, ਡਵ ਕੀ ਤਰ੍ਹਾਂ। ਕਬੂਤਰ ਭੋਲਾ ਕਿਉਂ ਹੈ? ਉਹ ਬਿੱਲੀ ਨੂੰ ਵੇਖ ਕੇ ਅੱਖਾਂ ਕੀ ਕਰ ਲੈਂਦਾ ਹੈ,
बंद कर लेना, बिल्ली टुर गई ठीक है। ਉਹਨੂੰ ਇਹਨਾਂ ਨਹੀਂ ਪਤਾ ਬਿੱਲੀ ਨੇ ਇੱਕ ਵਾਰ ਪੰਜਾ ਮਾਰਨਾ ਤਾਂ ਕਬੂਤਰ ਗਿਆ ਠੀਕ ਹੈ। ਕਬੂਤਰੀ ਦੇ ਬਾਰੇ ਇਹ ਕੀ ਕਿਹਾ ਗਿਆ ਜੀ, ਸਾਡੇ ਇੰਡੀਆ ਪਾਕਿਸਤਾਨ ਵਿੱਚ ਬੜੇ ਬੜੇ ਕਬੂਤਰ ਲੋਕ ਪਾਲਦੇ ਨੇ, ਕਬੂਤਰਾਂ ਦੀ ਰੇਸਾਂ ਵੀ ਹੁੰਦੀਆਂ ਨੇ, ਕਬੂਤਰਾਂ ਨੇ ਜਨਾਬ ਕਬੂਤਰਾਂ ਦੇ ਗਾਣੇ ਬੜੇ ਬਣੇ ਨੇ, ਕਬੂਤਰ ਯੂਜ਼ ਹੋਏ ਮੈਸੇਜ ਵਾਸਤੇ ਠੀਕ ਹੈ, ਪੈਗਾਮ ਰਸਾਨੀ ਵਾਸਤੇ ਕਬੂਤਰ ਬੜੀ ਲੰਬੀ ਉਡਾਨ ਉੱਡਦੇ ਹਨ, ਔਰ ਮਤਲਬ ਦੇ ਵਰ ਸਰਟਨ ਈਵਨ ਖੁਦਾਵੰਦ ਯਸੂ ਮਸੀਹ ਦੇ ਲਈ ਬਪਤਿਸਮੇ ਦੇ ਉੱਤੇ ਯੋਹੰਨਾ ਬਪਤਿਸਮਾ ਦੇਣ ਵਾਲੇ ਨੂੰ ਇਹ ਕੀ ਕਿਹਾ ਗਿਆ ਸੀ ਕਿ ਜਿਹੜੇ ਤੂੰ ਰੂਲ ਕੁਦਸ ਨੂੰ ਕਿਹਦੇ ਵਾਂਗ ਉੱਤਰਦੇ ਵੇਖੇਗਾ, ਕਬੂਤਰ ਦੀ ਵਾਂਗ, ਕਬੂਤਰ ਦੀ ਸਾਦਾ ਔਰ ਜੋ ਕਿ ਪਿਓਰ ਹੁੰਦਾ ਵੇ, ਇਮਪਿਓਰ ਨਹੀਂ ਹੁੰਦਾ, ਇਸ ਲਈ ਉਹਨੂੰ ਹੋਲੀ ਸਪਿਰਿਟ ਦੇ ਨਾਲ ਤਸ਼ਬੀਹ ਦਿੱਤੀ ਗਈ ਹੈ। ਲੇਕਿਨ ਡਵ ਦੇ ਬਾਰੇ ਕਿਹਾ ਜਾਂਦਾ ਵੇ ਕਿ ਡਵ ਜਿਹੜੀ ਹੈ ਉਹ ਵਾਪਸ ਆਪਣੇ ਕੀ ਆਉਂਦੀ ਹੈ, ਆਪਣੇ ਆਸ਼ਿਆਨੇ ਤੇ ਕੀ ਆਉਂਦੀ ਹੈ, ਵਾਪਸ ਆਉਂਦੀ ਹੈ ਠੀਕ ਹੈ। ਉਹਦਾ ਆਸ਼ਿਆਨਾ ਬਰਬਾਦ ਵੀ ਹੋ ਜਾਏ, ਤਬਾਹ ਵੀ ਹੋ ਜਾਏ, ਤਦ ਵੀ ਨਵਾਂ ਨਹੀਂ ਬਣਾਉਂਦੀ, ਜਦਕਿ ਚਿੜੀ ਕੀ ਕਰਦੀ ਹੈ, ਘੁੱਗੀ ਕੀ ਕਰਦੀ ਹੈ, ਘੁੱਗੀ ਨਹੀਂ ਸੋਰੀ ਸਪੈਰੋ ਜਿਹੜੀ ਹੈ ਉਹ ਕੀ ਕਰਦੀ ਹੈ, ਉਹ ਜਿੱਥੇ ਉਹਦਾ ਆਸ਼ਿਆਨਾ ਖਰਾਬ ਹੋ ਜਾਏ ਦੁਬਾਰਾ ਉੱਥੇ ਨਹੀਂ ਆਉਂਦੀ। ਲੇਕਿਨ ਜਿਹੜਾ ਜ਼ਬੂਰ ਨਵੀਸ ਹੈ ਉਹਨੇ ਓਬਜ਼ਰਵ ਇਹ ਕੀਤਾ ਵੇ ਕਿ ਈਵਨ ਦੋਵੇਂ ਪਰਿੰਦੇ ਇੱਕ ਦੂਜੇ ਦੇ ਨਾਲ ਕੰਟਰਾਸ ਨੇ, ਬਿਲਕੁਲ ਫਰਕ ਨੇ, ਇਹਦੇ ਬਾਵਜੂਦ ਉਹ ਵੀ ਦੋਵੇਂ ਆਪਣਾ ਜਿਹੜਾ ਘਰ ਹੈ, ਆਪਣੀ ਜਿਹੜੀ ਸਿਕਿਉਰਿਟੀ ਹੈ, ਆਪਣੀ ਜਿਹੜੀ ਸਸਟੇਨੇਬਿਲਿਟੀ ਹੈ, ਉਹ ਖੁਦਾ ਦੇ ਘਰ ਚ ਆਪਣੇ ਆਪ ਨੂੰ ਆ ਕੇ ਬਣਾਉਂਦੇ ਨੇ ਠੀਕ ਹੈ। ਯਾਨੀ ਖੁਦਾ ਦਾ ਘਰ ਸਾਰਿਆਂ ਵਾਸਤੇ ਇੱਕੋ ਜਿਹਾ ਵੇ, ਈਵਨ ਜਾਨਵਰ ਵੀ ਉੱਥੇ ਆ ਕੇ ਭਰੋਸਾ ਕਰਦੇ ਨੇ, ਤਵੱਕਲ ਕਰਦੇ ਨੇ ਔਰ ਉੱਥੇ ਰਹਿੰਦੇ ਨੇ ਠੀਕ ਹੈ ਜੀ। ਈਵਨ ਤੁਸੀਂ ਵੇਖੋ ਕਿ ਖੁਦਾਵੰਦ ਯਸੂ ਮਸੀਹ ਨੇ ਵੀ ਆਪਣੇ ਆਪ ਨੂੰ ਇੱਕ ਪਰਿੰਦੇ ਵਾਂਗੂੰ ਤਸ਼ਬੀਹ ਦਿੱਤੀ ਸੀ। ਤੁਹਾਨੂੰ ਯਾਦ ਹੈ ਯਰੂਸ਼ਲੀਮ ਦੇ ਵਿੱਚ ਯਸੂ ਮਸੀਹ ਜਦੋਂ ਯਰੂਸ਼ਲੀਮ ਤੇ ਨੋਹਾ ਕੀਤਾ ਵੇ, ਇਹ ਯਰੂਸ਼ਲੀਮ ਹੈ ਯਰੂਸ਼ਲੀਮ, ਤੂੰ ਜੋ ਨਬੀਓਂ ਕੋ ਕਤਲ ਕਰਤੀ ਔਰ ਜੋ ਤੇਰੇ ਪਾਸ ਭੇਜੇ ਗਏ ਉਨਕੋ ਸੰਸਾਰ ਕਰਤੀ ਹੈ, ਮੈਨੇ ਕਿਤਨੀ ਬਾਰ ਚਾਹਾ ਕਿ ਜੈਸੇ ਮੁਰਗੀ ਆਪਣੇ ਬੱਚੋਂ ਕੋ ਪਰੋਂ ਤਲੇ ਕਿਆ ਕਰ ਲੇਤੀ ਹੈ, ਜਮਾ ਕਰ ਲੇਤੀ ਹੈ ਇਹ ਕਰਨੋ, ਲੇਕਿਨ ਤੂੰ ਨੇ ਨਾ ਚਾਹਾ, ਤੂੰ ਰਿਜੈਕਟ ਕਰ ਦਿੱਤਾ। ਯਸੂ ਮਸੀਹ ਮਾਤਮ ਨੋਹਾ ਕਰਦੇ ਨੇ, ਲੈਮੰਟ ਕਰਦੇ ਨੇ ਯਰੂਸ਼ਲਮ ਦੀ ਬਰਬਾਦੀ ਉੱਤੇ, ਕਿਉਂਕਿ ਉਹਨੇ ਖੁਦਾ ਦੀ ਉਸ ਜਿਹੜੀ ਮੁਹੱਬਤ ਸੀ ਪਰਿੰਦੇ ਵਾਂਗੂ, ਜਿਹੜੇ ਖੁਦਾ ਪਰ ਫਲਾਏ ਹਨ ਆਪਣੇ, ਉਹਨੇ ਉਹਨੂੰ ਕੀ ਕਰ ਦਿੱਤਾ, ਰਿਜੈਕਟ ਕਰ ਦਿੱਤਾ। ਲਾਸਟ ਪੁਆਇੰਟ ਮੈਂ ਜ਼ਿਕਰ ਕਰਾਂਗਾ, ਉਂਝ ਤਾਂ ਜ਼ਬੂਰ ਦੇ ਵਿੱਚ ਬੜੀਆਂ ਚੀਜ਼ਾਂ ਨੇ, ਲੇਕਿਨ ਜਿਹੜਾ ਮੈਂ ਇੰਪੋਰਟੈਂਟ ਇੱਕ ਚੀਜ਼ਾਂ ਜਿਹੜੇ ਮੈਂ ਡਿਸਕਸ ਕਰਾਂਗਾ ਉਹ ਵੇਖ ਕੇ ਜੀ, ਅਗਰ ਤੁਸੀਂ ਪੜੋਗੇ ਨਾ ਇਹਦੀ ਸੱਤਵੀਂ ਆਇਤ ਕੀ ਹੈ ਜੀ, ਜ਼ਰਾ ਪੜੋ ਹਾਂ ਸੱਤਵੀਂ ਆਇਤ ਜ਼ਬੂਰ 84 ਦੀ। ਉਹ ਬਲ ਤੇ ਬਲ ਪਾਉਂਦੇ ਚਲੇ ਜਾਂਦੇ ਹਨ, ਉਹਨਾਂ ਵਿੱਚੋਂ ਹਰੇਕ ਸਿਯੋਨ ਵਿੱਚ ਪਰਮੇਸ਼ਵਰ ਅੱਗੇ ਵਿਖਾਈ ਦਿੰਦਾ ਹੈ। ਓਕੇ ਜੀ, ਸਿਸਟਰ ਜੀ ਤੁਹਾਡੇ ਕੋਲ ਕੀ ਹੈ? ਉਹ ਰਾਹ ਜਾਂਦੇ ਤਕੜੇ ਹੁੰਦੇ ਹਨ, ਪਰਮੇਸ਼ਵਰ ਮਹਾਪ੍ਰਭੂ ਦੇ ਸਿਯੋਨ ਪਹਾੜ ਤੇ ਉਹ ਦਰਸ਼ਨ ਕਰਨਗੇ। ਇੰਟਰਸਟਿੰਗ ਜੀ, ਸੋ ਬਲ ਤੇ ਬਲ ਪਾਉਂਦੇ ਨੇ ਉਹ ਜਨਾਬ, ਤਾਕਤ ਤੇ ਤਾਕਤ ਪਾਉਂਦੇ ਨੇ, ਔਰ ਕਿਵੇਂ ਪਾਉਂਦੇ ਨੇ, ਉਹਨਾਂ ਚੋਂ ਹਰ ਇੱਕ ਜਿਹੜਾ ਵੇ ਕਿੱਥੇ ਜਾ ਕੇ ਹਾਜ਼ਰ ਹੁੰਦਾ ਵੇ, ਸਿਯੂਨ ਦੇ ਵਿੱਚ ਖੁਦਾ ਦੀ ਹੈਕਲ ਦੇ ਵਿੱਚ। ਨਾ ਇੰਗਲਿਸ਼ ਤਰਜਮਾ ਜਿਹੜਾ ਕੀਤਾ ਗਿਆ ਫਰੋਮ ਸਟਰੈਂਥ ਟੂ ਸਟਰੈਂਥ। ਓਕੇ, ਨਾ ਵਟ ਇਜ਼ ਸਟਰੈਂਥ ਟੂ ਸਟਰੈਂਥ? ਤੁਸੀਂ ਜਦੋਂ ਪੜ੍ਹਦੇ ਹੋ ਜੀ ਸਟਰੈਂਥ ਟੂ ਸਟਰੈਂਥ, ਬਲ ਤੇ ਬਲ ਤੇ, ਮਸਲ ਤੇ ਮਸਲ ਤੇ ਜਨਾਬ ਆਪਣਾ ਤਾਕਤ ਤੇ ਤਾਕਤ ਪਾਉਂਦੇ ਨੇ, ਤੁਹਾਡੇ ਜ਼ਿਹਨ ਚ ਕੀ ਹੁੰਦਾ ਵੇ, ਕੀ ਖਿਆਲ ਹੈ ਕਿਹੜੀ ਸ਼ਹਿਰ ਤਾਕਤ ਪਾਉਂਦੇ ਨੇ? ਵਿਟਾਮਿਨ ਖਾਂਦੇ ਨੇ, ਕੋਈ ਆਪਣਾ ਐਕਸਰਸਾਈਜ਼ ਕਰਦੇ ਨੇ, ਕੋਈ ਆਪਣਾ ਜਿਮ ਜਾਂਦੇ ਨੇ, ਕੀ ਕਰਦੇ ਨੇ? ਐਨੀ ਆਈਡੀਆ ਇੰਜਨ? ਜਿਮ ਵਗੈਰਾ ਜਾਂਦੇ ਆ। ਵਾਟ ਇਜ਼ ਰਿਫਰਿੰਗ ਟੂ ਦੈਟ? ਓਕੇ, ਲੈਟ ਮੀ ਹੈਲਪ ਯੂ। ਜਿਹੜੀ ਇਹਦੀ ਅੰਡਰਸਟੈਂਡਿੰਗ ਹੈ ਨਾ ਬਾਈਬਲ ਮੁਕੱਦਸ ਦੇ ਵਿੱਚ, ਜਿਹੜਾ ਖੁਦਾ ਦੀ ਕੁਵਤ ਔਰ ਖੁਦਾ ਦੀ ਕੁਦਰਤ ਜਿਹੜੀ ਹੈ, ਪੌਲੁਸ ਰਸੂਲ ਕੀ ਲਿਖਦਾ ਵੇ, ਬਸ ਖੁਦਾਵੰਦ ਮੈਂ ਔਰ ਉਸਕੀ ਕੁਦਰਤ ਕੇ ਜ਼ੋਰ ਮੈਂ ਕਿਆ ਬਣਾਉ, ਮਜ਼ਬੂਤ ਬਣਾਉ, ਜ਼ੋਰਾਵਰ ਹੋ ਜਾਓ, ਪਾਵਰਫੁਲ ਹੋ ਜਾਓ ਠੀਕ ਹੈ। ਤੇ ਕਿਵੇਂ ਹੋ ਜਾਓਗੇ? ਰਬੈਨਿਕਲ ਟ੍ਰੈਡੀਸ਼ਨ ਔਰ ਬਾਈਬਲ ਮੁਕੱਦਸ ਸਾਨੂੰ ਦੱਸਦੀ ਹੈ ਕਿ ਦੋ ਪ੍ਰੈਕਟਿਸਿਸ ਐਸੀਆਂ ਨੇ ਜਿਹਦੇ ਜ਼ਰੀਏ ਅਸੀਂ ਖੁਦਾ ਦੇ ਵਿੱਚ ਮਜ਼ਬੂਤ ਹੁੰਦੇ ਹਾਂ ਤੇ ਤਾਕਤ ਪਾਉਂਦੇ ਹਾਂ, ਔਰ ਉਹ ਕੀ ਵੇ? ਨੰਬਰ 1 ਪ੍ਰੇਅਰ, ਪ੍ਰੇਅਰ ਇਜ਼ ਫਸਟ ਸਟਰੈਂਥ, ਦੁਆ ਦੇ ਵਸੀਲੇ ਅਸੀਂ ਤਾਕਤ ਪਾਉਂਦੇ ਹਾਂ, ਅਸੀਂ ਪਾਵਰ ਪਾਉਂਦੇ ਹਾਂ। ਦੂਸਰਾ ਵੇ ਕਲਾਮ ਦੀ ਸਟੱਡੀ ਔਰ ਕਲਾਮ ਦੀ ਬੁੱਧ ਔਰ ਸਮਝ ਹੋਣਾ, ਕਲਾਮ ਦੀ ਸਟੱਡੀ। ਦੀਸ ਆਰ ਟੂ ਸਟਰੈਂਥ ਟੂ ਸਟਰੈਂਥ, ਫਰੋਮ ਫਸਟ ਸਟਰੈਂਥ ਟੂ ਸੈਕਿੰਡ ਸਟਰੈਂਥ ਠੀਕ ਹੈ। ਔਰ ਲਿਖਿਆ ਵੀ ਉਹਨਾਂ ਚੋਂ ਹਰ ਬੰਦਾ ਜਿਹੜਾ ਵੀ ਸ਼ਖਸ ਆਪਣੀ ਪਰਸਨਲ ਖਾਨਦਾਨੀ ਔਰ ਇਜਤਮਾਈ ਲਾਈਫ ਦੇ ਵਿੱਚ
ਜਿਹੜਾ ਖੁਦਾ ਦੇ ਕਲਾਮ ਨੂੰ ਸੁਣਦਾ ਔਰ ਤੇ ਅਮਲ ਕਰਦਾ ਪੜ੍ਹਦਾ ਔਰ ਦੂਜੇ ਨੰਬਰ ਤੇ ਜਿਹੜਾ ਦੁਆ ਦੇ ਵਿੱਚ ਰਹਿੰਦਾ ਵੇ ਖੁਦਾ ਨਾਲ ਰਾਬਤੇ ਚ ਰਹਿੰਦਾ ਵੇ ਉਹਦੀ ਤਾਕਤ ਤੇ ਤਾਕਤ ਬਣਦੀ ਚਲੀ ਜਾਂਦੀ ਹੈ ਔਰ ਉਹਦਾ ਵਜ੍ਹਾ ਹੈ ਵੇ ਕਿ ਜਦੋਂ ਉਹ ਇਸ ਬਾਹਰ ਜਦੋਂ ਫਿਜ਼ੀਕਲ ਵਰਲਡ ਇਸ ਮਟੀਰੀਅਲਿਸਟਿਕ ਬਾਡੀ ਤੋਂ ਬਾਹਰ ਨਿਕਲਣਗੇ ਤੇ ਦੈਟ ਵਿਲ ਦ ਹਾਊਸ ਆਫ ਪ੍ਰੇਅਰ and the practice of reading scripture and reading God's law that will take them to the life eternal jehdi ohna nu hamesha di zindagi ch ki karegi lai ke jayegi unme se har ek khuda ke huzur mein kya hota hai hazir hota hai mere azizo pandemic vich khuda ne sanu mauka ditta ve khuda ne sanu fazl ditta ve sanu technology de vasile connect kita ve assi khuda de kalam nu sun sakne ha assi dua kar sakne ha assi khuda de lokan naal mulaqat kar sakne ha ਸੋ ਅੱਗੋਂ ਹੁਣ ਕਲੀਸਿਆਵਾਂ ਖੁੱਲਣ ਵਾਲੀਆਂ ਨੇ ਸਾਨੂੰ ਐਸੇ ਲੋਕਾਂ ਦੇ ਨਾਲ ਐਸੀ ਕਲੀਸਿਆਵਾਂ ਦੇ ਨਾਲ ਰਲਣ ਦੀ ਲੋੜ ਹੈ ਕਿ ਜਿਹੜੇ ਤਾਕਤ ਤਾਕਤ ਪਾਉਂਦੇ ਨੇ ਜਿਹੜੇ ਵੱਧਦੇ ਜਾਂਦੇ ਨੇ ਖੁਦਾ ਦੇ ਘਰ ਚ ਹਾਜ਼ਰ ਹੁੰਦੇ ਨੇ ਜਿਨ੍ਹਾਂ ਨੂੰ ਕਲਾਮ ਔਰ ਦੁਆ ਦੇ ਵਸੀਲੇ ਉਹਨਾਂ ਦੇ ਸਪਿਰਿਟ ਉਹਨਾਂ ਦਾ ਮਾਇੰਡ ਰਿਨਿਊ ਹੁੰਦਾ ਵੇ ਐਂਡ ਦੇ ਆਰ ਆਲਵੇਜ਼ ਗੋਇੰਗ ਟੂ ਬੀ ਇਨ ਦਾ ਪ੍ਰੈਜੈਂਸ ਆਫ ਗੋਡਸ ਥਰੋਨ ਐਂਡ ਗੋਡਸ ਹਾਊਸ ਹੋਲਡ ਖੁਦਾਵੰਦ ਸਾਨੂੰ ਇਸ ਥਾਟ ਦੇ ਵਸੀਲੇ ਇਸ ਖਿਆਲ ਦੇ ਵਸੀਲੇ ਬਰਕਤ ਬਖਸ਼ੇ ਆਮੀਨ Thank you, Pastor Ji. Hun main invite kar di Auntie Jyoti te Uncle Joshua nu ki apne sawal, apne comments sade saryan naal share karan. Okay, main is de vichon mainu is vich tin ayatan bahut pasand aiyan. Ik te jehdi ayat 5vi ayat hai, tano lok han jinna da bal tu hai, jinna de man sion paar de rahan de lagge hoye han. ਔਰ ਇਸਦੇ ਨਾਲ ਦੀ ਛੇਵੀਂ ਆਇਤ ਔਰ ਇੱਕ ਮੈਨੂੰ ਇਸ ਦੇ ਵਿੱਚੋਂ ਆਇਤ ਪਸੰਦ ਆਈ ਹੈ ਜਿਹੜੀ ਦਸਵੀਂ ਹੈ ਤੇਰੇ ਘਰ ਵਿੱਚ ਕੱਟਿਆ ਇੱਕ ਦਿਨ ਦੂਜੀ ਥਾਂ ਦੇ ਕੱਟੇ ਹਜ਼ਾਰਾਂ ਸਾਲਾਂ ਨਾਲੋਂ ਵੀ ਚੰਗਾ ਹੈ ਉਸਨੇ ਵੀ ਇਸ ਦੇ ਵਿੱਚ ਕਿਹਾ ਕਿ ਪ੍ਰਭੂ ਦੇ ਵਿੱਚ ਹੋ ਕੇ ਜਿਹੜਾ ਅਸੀਂ ਇੱਕ ਦਿਨ ਵੀ ਇੱਕ ਪਲ ਵੀ ਗੁਜ਼ਾਰਦੇ ਹਾਂ ਪ੍ਰਾਰਥਨਾ ਦੇ ਵਿੱਚ ਅਸੀਂ ਰਹਿੰਦੇ ਹਾਂ ਉਹ ਸਾਨੂੰ ਹੋਰ ਕਿਤੇ ਜਿਸ ਤਰ੍ਹਾਂ ਅੱਜ ਕੱਲ੍ਹ ਨਿਊ ਜਨਰੇਸ਼ਨ ਹੈ ਲੋਕੀ ਕਿਤੇ ਪਾਰਟੀਆਂ ਕਰਦੇ ਆ ਜਾਂ ਕਿਤੇ ਪਰ ਉਹਦੇ ਵਿੱਚ ਉਹ ਆਨੰਦ ਨਹੀਂ ਹੈ ਜਿਹੜਾ ਅਸੀਂ ਖੁਦਾਵੰਦ ਤੇਰੇ ਨਾਲ ਜੁੜ ਕੇ ਅਸੀਂ ਜਦੋਂ ਪ੍ਰਾਰਥਨਾ ਕਰਦੇ ਹਾਂ ਤੇਰੇ ਵਿੱਚ ਅਸੀਂ ਆਪਣੀਆਂ ਬੇਨਤੀਆਂ ਤੁਹਾਨੂੰ ਦੱਸਦੇ ਹਾਂ ਅਸੀਂ ਦੂਸਰਿਆਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਹੋਲੀ ਬਾਈਬਲ ਪੜ੍ਹਦੇ ਹਾਂ ਪਵਿੱਤਰ ਬਚਨ ਪੜ੍ਹਦੇ ਹਾਂ ਜੋ ਸਾਨੂੰ ਇਸਦੇ ਵਿੱਚ ਆਨੰਦ ਮਿਲਦਾ ਹੈ ਉਹ ਹੋਰ ਕਿਤੇ ਵੀ ਨਹੀਂ ਹੈ ਔਰ ਉਸਨੇ ਕਿਹਾ ਕਿ ਬੁਰੇ ਲੋਕਾਂ ਦੇ ਨਾਲ ਸਾਡੀ ਸੰਗਤੀ ਇੰਨਾ ਮਾਇਨੇ ਨਹੀਂ ਰੱਖਦੀ ਜਿੰਨਾ ਖੁਦਾਵੰਦ ਤੇਰੇ ਨਾਲ ਸਾਡੀ ਹੋਣੀ ਹੈ ਸਾਡੀ ਅੱਗੇ ਵਾਲੀ ਜ਼ਿੰਦਗੀ ਲਈ ਬਹੁਤ ਵਧੀਆ ਆਇਤ ਹੈ ਪਰ ਇਸ ਵਿੱਚ ਸਾਰੀਆਂ ਆਇਤਾਂ ਬਹੁਤ ਸੋਹਣੀਆਂ ਪਰ ਇਹ ਜ਼ਿਆਦਾ ਆਇਤ ਮੈਨੂੰ ਹਾਂਜੀ ਇਸ ਗੱਲ ਤੋਂ ਨਾ ਮੈਨੂੰ ਯਾਦ ਆ ਗਿਆ ਵੀ ਤੁਸੀਂ ਵੇਖੋਗੇ ਕਿ ਬਣੀ ਕੌਰਾ ਜਿਹੜੇ ਸਨ ਉਹ ਸਿਰਫ ਗਾਨ ਵਜਾਉਣ ਦੀ ਖਿਦਮਤ ਨਹੀਂ ਹਨ ਕਰਦੇ ਦਰਬਾਨ ਹੋਣਾ ਹੈਕਲ ਦੇ ਵਿੱਚ ਕੁਰਬਾਨੀ ਦੀ ਖਿਦਮਤ ਕਰਨਾ ਜਾਨਵਰ ਲੈ ਕੇ ਆਉਣਾ ਮਜ਼ਬੇ ਤੇ ਖਿਦਮਤ ਕਰਨਾ ਅੱਗ ਜਲਾਉਣਾ ਚਮਚੇ ਕੜਛੀਆਂ ਤੇ ਮਾਰ ਆਪਣਾ ਐਡਾ ਐਡੀ ਹਿਊਜ ਹੈਕਲ ਸੀ ਹਿਊਜ ਮਿਨਿਸਟਰੀ ਸੀ ਉਹਦੇ ਵਿੱਚ ਹਰ ਬੰਦੇ ਦੀ ਜਿਹੜੀ ਸੀ ਈਵਨ ਇੱਥੇ ਵੇਖੋਗੇ ਕਿ ਲਿਵਰਟੀਕਲ ਸਿੰਗਰ ਹੁੰਦੇ ਆ ਕੁਆਇਰ ਦਾ ਡਾਇਰੈਕਟਰ ਹੁੰਦੇ ਆ ਜਾਂ ਕਲਾਮ ਦੀ ਤਲਾਵਤ ਕਰਦੇ ਆ ਜਾਂ ਕਰਨਾ ਪਤਾ ਲਾਈਮ ਲਾਈਟ ਨਾ ਸਾਰਾ ਹਰ ਬੰਦਾ ਨਜ਼ਰ ਆਉਂਦਾ ਵੇ ਠੀਕ ਹੈ ਲੇਕਿਨ ਅਸੀਂ ਦਰਬਾਨ ਹੋਣਾ ਉਹ ਕਹਿੰਦਾ ਈਵਨ ਖੁਦਾ ਦੇ ਘਰ ਚ ਮੈਨੂੰ ਅਗਰ ਬੂਹਾ ਖੋਲਣ ਦਾ ਵੀ ਕੰਮ ਮਿਲ ਜਾਂਦਾ ਨਾ ਉਹ ਵੀ ਮੇਰੇ ਵਾਸਤੇ ਹਜ਼ਾਰ ਦਰਜੇ ਬਿਹਤਰ ਹੈ ਭਾਵੇਂ ਮੈਨੂੰ ਕੋਈ ਪ੍ਰੋਮੀਨੈਂਟ ਟਾਈਟਲ ਨਹੀਂ ਵੀ ਮਿਲਦਾ ਅਸੀਂ ਇੱਥੇ ਟਾਈਟਲ ਲੈ ਮਰ ਖੱਪ ਜਾਂਦੇ ਹਾਂ ਉਹ ਜੀ ਮੈਨੂੰ ਚਰਚ ਚ ਆਇਆ ਉਦਾਂ ਨੀ ਮਿਲਿਆ ਜੀ ਤੇ ਮੈਨੂੰ ਇਹ ਨੀ ਮਿਲਿਆ ਤੇ ਜਨਾਬ ਮੈਨੂੰ ਇਹ ਇੱਜ਼ਤ ਨੀ ਦਿੱਤੀ ਤੇ ਮੈਨੂੰ ਇਹ ਹਾਰ ਨੀ ਪਾਇਆ ਤੇ ਮੇਰਾ ਨਾਂ ਨੀ ਲਿਆ ਮਤਲਬ ਅਸੀਂ ਖੱਪ ਜਾਂਦੇ ਹਾਂ ਤੇ ਉਹ ਕਹਿੰਦੇ ਜੀ ਮੈਨੂੰ ਤੁਸੀਂ ਦਰਬਾਨ ਹੀ ਪਾਓ ਬੂਹਾ ਖੋਲਣ ਵਾਲਾ ਮੈਂ ਤਦ ਵੀ ਖੁਸ਼ ਹਾਂ ਕਿਉਂਕਿ ਕਮ ਅਜ਼ ਕਮ ਮੈਂ ਖੁਦਾ ਦੇ ਘਰ ਦੇ ਵਿੱਚ ਤੇ ਹੈ ਨਾ ਭਾਵੇਂ ਮੈਂ ਦਰੀਆਂ ਸਿੱਧੀਆਂ ਕਰਨਾ ਜਾਂ ਜੁੱਤੀਆਂ ਸਿੱਧੀਆਂ ਪੈ ਕਰਨਾ ਵਾ ਇੰਟਰਸਟਿੰਗਲੀ ਜੀ ਅੰਕਲ ਜੀ ਮੈਨੂੰ ਇੱਕ ਤੋਂ ਚਾਰ ਜਿਹੜੀ ਆਇਤ ਆ ਉਹ ਮੈਂ ਉਹਦੇ ਤੇ ਸਵੇਰ ਗੌਰ ਕਰਦਾ ਪਿਆ ਸੀ ਤੇ ਮੈਨੂੰ ਇਹੋ ਹੀ ਹੋਇਆ ਕਿ ਵੀ ਅਸੀਂ ਖੁਦਾ ਨੂੰ ਕਿਤੇ ਵੀ ਮਿਲ ਸਕਦੇ ਹਾਂ ਉਹਦੇ ਲਈ ਕੋਈ ਖਾਸ ਜਿਹੜੀ ਹੈ ਉਹ ਜਗ੍ਹਾ ਮੁਕਰਰ ਨਹੀਂ ਹੈ ਕਿਉਂ ਅਸੀਂ ਚਰਚ ਜਾਂਦੇ ਹਾਂ ਚਰਚ ਬਿਲਡਿੰਗ ਦੇ ਵਿੱਚ ਜਾਂਦੇ ਹਾਂ ਕਿਉਂਕਿ ਤਾਂ ਅਸੀਂ ਉੱਥੇ ਬੜੀ ਕੁਆਇਟਲੀ ਹੋ ਕੇ ਵਰਸ਼ਿਪ ਵੀ ਕਰ ਸਕਦੇ ਹਾਂ ਗਾ ਵੀ ਸਕਦੇ ਹਾਂ ਸਰਮਨ ਵੀ ਸੁਣ ਸਕਦੇ ਹਾਂ ਖੁਦਾ ਦੇ ਬੰਦੇ ਤੋਂ ਤੇ ਫੈਲੋਸ਼ਿਪ ਜਿਹੜੀ ਆ ਉਹ ਅਸੀਂ ਕਰ ਸਕਦੇ ਹਾਂ ਇਹ ਮੈਨੂੰ ਤਾਂ ਮਤਲਬ ਇੱਕ ਤੋਂ ਚਾਰ ਆਇਤ ਦੇ ਵਿੱਚ ਬਿਲਕੁਲ ਬਿਲਕੁਲ ਵੇਖੋ ਜਿਹੜਾ ਘਰ ਦਾ ਕਨਸੈਪਟ ਸੀ ਨਾ ਖੁਦਾ ਦੇ ਘਰ ਜਮ੍ਹਾਂ ਹੋਣਾ ਔਰ ਹਰ ਯਹੂਦੀ ਮਰਦ ਨੂੰ ਇਹ ਹੁਕਮ ਦੇਣਾ ਕਿ ਪਹਿਲੇ ਜਮ੍ਹਾਂ ਹੋਏ ਠੀਕ ਹੈ ਨਾ ਉਹਦੇ ਪਿੱਛੇ ਸੀ ਸੈਂਸ ਆਫ ਕਮਿਊਨਿਟੀ ਇਬਾਦਤ ਤੇ ਅਸੀਂ ਘਰਾਂ ਚ ਵੀ ਕਰ ਸਕਦੇ ਹਾਂ ਘਰਾਂ ਚ ਮੰਜੀ ਤੇ ਬੈਠਿਆਂ ਵੀ ਕਰ ਸਕਦੇ ਹਾਂ ਸੋਫੇ ਤੇ ਬੈਠਿਆਂ ਵੀ ਅੱਜ ਪੂਰੇ ਪੂਰੇ ਪੈਂਡੈਮਿਕ ਜਹਾਂ ਘਰਾਂ ਚ ਕੀਤੀ ਇਬਾਦਤ ਠੀਕ ਹੈ ਨਾ ਕੈਮਰੇ ਅੱਗੇ ਬਹਿ ਕੇ ਜਾਂ ਉਂਝ ਵੀ ਬਹਿ ਕੇ ਲੇਕਿਨ ਵਾਈ ਕਮਿਊਨਿਟੀ ਬਿਕੋਜ਼ ਗੋਡ ਇਜ਼ ਅ ਗੋਡ ਆਫ ਕਮਿਊਨਿਟੀ ਖੁਦਾ ਹਮੇਸ਼ਾ ਕਮਿਊਨਿਟੀ ਦੇ ਵਿੱਚ ਖੁਦਾ ਸੈਲਫ ਟ੍ਰੀਯੂਨ ਗੋਡ ਬਾਪ ਬੇਟਾ ਔਰ ਰੂਹ ਕੁਦਸ ਖੁਦਾ ਵੀ ਇਕੱਲਾ ਨਹੀਂ ਹੈ ਠੀਕ ਹੈ ਨਾ
ਸੋ ਜਿਹੜੀ ਟ੍ਰਿਨਿਟੀ ਹੈ ਉਹ ਵੀ ਇਕੱਠੀ ਰਹਿੰਦੀ ਹੈ ਸੋ ਇਸੇ ਤਰੀਕੇ ਦੇ ਨਾਲ ਖੁਦਾ ਦੀ ਸ਼ੁਰੂ ਰਹੀਏ ਉਹ ਆਪਣੇ ਲੋਕਾਂ ਦੇ ਨਾਲ ਰਲ ਕੇ ਰਵੇ ਉਹਨਾਂ ਦੇ ਨਾਲ ਕਮਿਊਨਿਟੀ ਦੇ ਵਿੱਚ ਰਵੇ ਐਜ਼ ਆ ਕੰਬਾਈਂਡ ਬਾਡੀ ਆਫ ਕ੍ਰਾਈਸਟ ਚਲੀਏ ਇਸੇ ਲਈ ਪਾਉਲ ਰਸੂਲ ਕਹਿੰਦਾ ਵੇ ਕਿ ਆਪਸ ਮੇਂ ਜਮ੍ਹਾਂ ਹੋਣੇ ਸੇ ਬਾਅਦ ਨਾ ਆਓ ਠੀਕ ਹੈ ਸੋ ਬੜੇ ਬੜੇ ਲੋਕ ਨੇ ਜਿਹਨਾਂ ਕੋਲ ਬੜੇ ਬੜੇ ਬਹਾਨੇ ਵੀ ਹੋ ਸਕਦੇ ਨੇ ਚਰਚੇ ਚ ਨਾ ਆਉਂਦੇ ਲੇਕਿਨ ਖੁਦਾ ਦਾ ਹੁਕਮ ਹੈ ਵੇ ਕਿ ਅਸੀਂ ਐਜ਼ ਆ ਬਾਡੀ ਐਜ਼ ਆ ਯੂਨੀਫਾਈਡ ਵੋਇਸ ਹੁੰਦੇ ਆਏ ਹਾਂ ਖੁਦਾ ਦੇ ਬਦਨ ਦਾ ਹਿੱਸਾ ਹੁੰਦੇ ਆਏ ਹਾਂ ਅਸੀਂ ਖੁਦਾ ਦੇ ਲੋਕਾਂ ਦੇ ਨਾਲ ਰਲ ਕੇ ਜਿਹੜੀ ਅਸੀਂ ਖੁਦਾ ਦੀ ਪ੍ਰਸਤਿਸ਼ ਔਰ ਖੁਦਾ ਦੀ ਬਾਬਤ ਕਰੀਏ ਦੈਟਸ ਅ ਮੇਜਰ ਕਨਸੈਪਟ ਬਿਹਾਈਂਡ ਕਮਿਊਨਿਟੀ ਹਾਂਜੀ ਬਾਕੀ ਉਹਦੀ 84 ਇਹਦੀ 11ਵੀਂ ਜਿਹੜੀ ਆਇਤ ਆ ਉਹਦੇ ਚ ਦੇਖਿਆ ਕਿ ਗੋਡ ਡਜ਼ ਨਾਟ ਪ੍ਰੋਮਿਸ ਟੂ ਗਿਵ ਅਸ ਐਵਰੀਥਿੰਗ ਵੀ ਥਿੰਕ ਇਟਸ ਗੋਡ ਬਟ ਹੀ ਵਿਲ ਨਾਟ ਵਿਥਹੋਲਡ ਵਟ ਇਜ਼ ਪਰਮਾਨੈਂਟਲੀ ਗੁੱਡ He will give us that means to walk along His path, but we must do the walking when we obey Him. ਜਦੋਂ ਉਹਦੇ ਅਸੀਂ ਹੁਕਮਾਂ ਦੇ ਉੱਤੇ ਜਾਂ ਚੱਲਣ ਦੇ ਲਈ ਕੋਸ਼ਿਸ਼ ਕਰਦੇ ਹਾਂ, He will not hold anything. ਬਿਲਕੁਲ ਜੀ, ਔਰ ਜਿਹੜਾ ਕੰਕਲੂਜਨ ਪੁਆਇੰਟ ਹੈ ਉਹ ਹੈ ਵੇ ਮੁਬਾਰਕ ਹੈ, ਯਾਨੀ ਧੰਨ ਹੈ ਉਹ ਆਦਮੀ ਜਿਹਦਾ ਤਵੱਕਲ ਮਟੀਰੀਅਲ ਤੇ ਨਹੀਂ, ਹਾਲਾਤ ਤੇ ਨਹੀਂ, ਸਿਚੁਏਸ਼ਨ ਤੇ ਨਹੀਂ, ਲੋਕਾਂ ਤੇ ਨਹੀਂ, ਬਲਕਿ ਕਿਹਦੇ ਤੇ ਵੇ ਖੁਦਾ ਤੇ ਵੇ ਖੁਦਾਵੰਦ ਪਰ ਜਿਸ ਕਾ ਤਵੱਕਲ ਹੈ। ਸੋ ਖੁਦਾਵੰਦ ਸਾਨੂੰ ਸਾਰਿਆਂ ਨੂੰ ਆਪਣੇ ਤੇ ਤਵੱਕਲ ਔਰ ਆਪਣੇ ਤੇ ਭਰੋਸਾ ਰੱਖਣ ਦਾ ਫਜ਼ਲ ਬਖਸ਼ੇ। ਆਮੀਨ ਆਮੀਨ। ਥੈਂਕ ਯੂ ਇਸ ਰਿਫਲੈਕਸ਼ਨ ਲਈ, ਐਂਡ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਹੜੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਿਲ ਹੋਏ ਆ। ਸਾਡਾ ਅਗਲਾ ਐਪੀਸੋਡ ਮੰਡੇ ਰਾਤ ਨੂੰ ਇਸੇ ਵਕਤ ਸ਼ੁਰੂ ਹੋਏਗਾ, ਐਂਡ ਅਸੀਂ ਜ਼ਬੂਰ 85 ਵਿੱਚ ਜਾਵਾਂਗੇ, ਐਂਡ ਇਸੇ ਤਰ੍ਹਾਂ ਅਸੀਂ ਬਨੀ ਕੋਰਾ ਦੇ ਜ਼ਬੂਰਾਂ ਦੇ ਸੈੱਟ ਨੂੰ ਹੋਰ ਗੌਰ ਕਰਾਂਗੇ। ਸਾਡੀ ਸੀਰੀਜ਼ ਦਾ ਮਕਸਦ ਹੈ ਕਿ ਅਸੀਂ ਕਲਾਮ ਨੂੰ ਪੜ੍ਹ ਕੇ ਉਸ ਨੂੰ ਸਮਝੀਏ ਤੇ ਉਸ ਤੇ ਚੱਲਣ ਵਾਲੇ ਬਣੀਏ। ਸੋ ਪਰਸੋਂ ਫਿਰ ਅਸੀਂ ਤੁਹਾਡੇ ਨਾਲ ਮਿਲ ਕੇ ਇਸੇ ਤਰ੍ਹਾਂ ਜ਼ਬੂਰਾਂ ਦੀ ਸਟੱਡੀ ਕਰਾਂਗੇ। ਥੈਂਕ ਯੂ। ਥੈਂਕ ਯੂ ਜੀ, ਖੁਦਾ ਤੁਹਾਨੂੰ ਬਰਕਤ ਦੇ। ਆਮੀਨ ਆਮੀਨ ਆਮੀਨ।